ਆਹ ਦੇਖ ਲਓ ਵੀਰ, ਗਰਾਊਂਡ ਦੇ ਗੱਪਿਆਂ ਨੂੰ ਚੱਲ ਰਿਹਾ ਇਹਨਾਂ ਕੰਮ। ਉਹ ਪੋਲ ਵੀ ਪੱਟ ਲਿਆ, ਉਹ ਦੇਖੋ ਜੇ ਸੀ ਬੀ ਦੇ ਉੱਪਰ ਟੰਗਿਆ ਵਾ ਨੀਲਾ ਪੋਲ। ਆਹ ਚਾਰ ਬੰਦਿਆਂ ਵਾਸਤੇ ਪ੍ਰਸ਼ਾਸਨ ਦੇਖ ਲਓ ਕਿੰਨਾ ਇਹਨੂੰ ਪੂਰੀ ਤਕੜੀ ਤਿਆਰੀ ਨਾਲ ਆਇਆ ਵਾ। ਇਹ ਜਿਹੜਾ ਇੱਥੇ ਸਰਕਾਰ ਵੱਲੋਂ ਆਹ ਪਲਾਂਟ ਲਾਇਆ ਜਾ ਰਿਹਾ, ਇੱਥੇ ਪੂਰੇ ਸ਼ਹਿਰ ਦੀ ਆਸੇ ਪਾਸੇ ਜਿੰਨੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੈ ਇਹਦੀ ਗੰਦਗੀ ਲਿਆ ਕੇ ਇੱਥੇ, ਇਹ ਕਹਿੰਦੇ ਪਾਣੀ ਸਾਫ਼ ਕਰਕੇ ਅਸੀਂ ਅੱਗੇ ਸਪਲਾਈ ਕਰੂੰਗੇ। ਜੇ ਇੰਨਾ ਇਹ ਭਲਾਈ ਦਾ ਕੰਮ ਹੈ ਨਾ ਤਾਂ ਅਨਮੋਲ ਮੈਡਮ ਆਪਣੇ ਆਫਿਸ ਦੇ ਨੇੜੇ ਬਣਵਾ ਲੈਣ। ਉਹਨਾਂ ਨੂੰ ਜਦੋਂ ਗੰਦਲੀ ਹਵਾ ਮਿਲੂਗੀ, ਜਦੋਂ ਸਾਹ ਲੈਣਾ ਵੀ ਔਖਾ ਹੋ ਜਾਊਗਾ, ਉਹਨਾਂ ਨੂੰ ਪਤਾ ਚੱਲ ਜੂ ਵੀ ਕਿੰਨਾ ਕੁ ਇਹ ਭਲਾਈ ਦਾ ਕੰਮ ਹੈ। ਸਾਡਾ ਇਹਨਾਂ ਨਾਲ, ਅਸੀਂ ਇਹਨਾਂ ਦਾ ਬਹੁਤ ਵਿਰੋਧ ਕਰਿਆ ਵੀ ਇੱਥੇ ਨਾ ਲਾਓ, ਅਸੀਂ ਤੁਹਾਨੂੰ ਹੋਰ ਪਾਸੇ ਸੁਜੈਸਟ ਕਰ ਦਿੰਦੇ ਹਾਂ ਹੈ ਨਾ, ਉੱਥੇ ਤੁਸੀਂ ਕਰ ਲਓ। ਇਹ ਕਹਿੰਦੇ ਨਹੀਂ, ਇਹ ਤਾਂ ਇੱਥੇ ਹੀ ਲੱਗੂਗਾ। ਇਹਨਾਂ ਨੇ ਸਾਨੂੰ ਬਾਈ ਧਮਕੀਆਂ ਵੀ ਦਿੱਤੀਆਂ ਹੈ ਨਾ। ਪ੍ਰਸ਼ਾਸਨ ਨੇ ਇੱਥੇ ਬਹੁਤ ਵੱਡੀ ਇੱਕ ਫੋਰਸ ਲਾ ਕੇ, DSP ਸਾਹਿਬ ਖੁਦ ਆਏ ਤੇ ਉਹਨਾਂ ਨੇ ਫੋਰਸ ਦੀ ਨੁਮਾਇੰਦਗੀ ਕਰਕੇ ਇੱਥੇ ਦਬਕੇ ਮਾਰ ਕੇ ਹੈ ਨਾ ਕਬਜ਼ਾ ਲਿਆ ਇੱਕ ਤਰ੍ਹਾਂ ਦਾ। ਜੇ ਇਹ ਚੀਜ਼ ਜਾਇਜ਼ ਆ, ਮੈਨੂੰ ਤੁਸੀਂ ਇੱਕ ਵਾਰੀ ਕੈਮਰੇ ਨਾਲ ਤੁਸੀਂ ਇਹ ਚੀਜ਼ ਜ਼ਰੂਰ ਦਿਖਾਇਓ ਕਿ ਇਦੋ ਅੱਗੇ ਇਸ ਪਾਣੀ ਦਾ ਨਿਕਾਸ ਕਿੱਥੇ ਹੋਊਗਾ। ਕੋਈ ਥਾਂ ਹੈ ਨਹੀਂ ਇੱਥੇ, ਕੋਈ ਨਦੀ ਕੋਈ ਨਾਲਾ ਜਿਹੜਾ ਦਿਖਾ ਦਿਓ। ਜੇ ਦਿਖਾ ਦੇਣ ਅਸੀਂ ਕਿਉਂ ਰੌਲਾ ਪਾਈਏ। ਬਹੁਤ ਸਾਰੇ ਲੋਕ ਕਹਿਣਗੇ ਵੀ ਸਰਕਾਰ ਨੇ ਤਾਂ ਵਧੀਆ ਕੰਮ ਕੀਤਾ, ਤੁਸੀਂ ਅੜਿੱਕਾ ਡਾ ਰਹੇ ਹੋ ਤਾਂ ਫਿਰ ਤੁਹਾਨੂੰ ਪੁਲਿਸ ਆ ਕੇ ਰੋਕੂਗੀ। ਤੁਸੀਂ ਸੁਣਿਆ ਕਦੇ ਵੀ ਪੁਲਿਸ ਪ੍ਰਸ਼ਾਸਨ ਕੋਈ ਠੇਕਾ ਢਾਉਣ ਗਿਆ ਹੋਵੇ ਵੀ ਇਹ ਗੈਰ ਕਾਨੂੰਨੀ ਠੇਕਾ ਚੱਲ ਰਿਹਾ ਸ਼ਰਾਬ ਦਾ, ਪੁਲਿਸ ਉਹਨੂੰ ਢਾਉਣ ਆਈ ਹੈ, ਕਦੇ ਸੁਣਿਆ? ਨਹੀਂ ਨਾ। ਇੱਕ ਪਲੇ ਗਰਾਊਂਡ 'ਚ ਮੁੰਡਿਆਂ ਨੂੰ ਅਤੇ ਪਿੰਡ ਦੇ ਲੋਕਾਂ ਨੂੰ ਵੜਨ ਤੋਂ ਮਨਾ ਕੀਤਾ ਜਾ ਰਿਹਾ, ਇੱਕ ਪਲੇ ਗਰਾਊਂਡ 'ਚ ਖੇਡ ਦੇ ਮੈਦਾਨ 'ਚ ਜਾਣ ਤੋਂ ਰੋਕਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ। ਕਾਨੂੰਨੀ ਨਹੀਂ ਹੈਗਾ ਜੋ ਕੰਮ ਹੋ ਰਿਹਾ, ਗੈਰ ਕਾਨੂੰਨੀ ਆ। ਕਾਨੂੰਨੀ ਹੁੰਦਾ, ਪਰ ਪੁਲਿਸ ਤਾਂ ਕਾਨੂੰਨ ਦੀ ਰਾਖੀ ਨਹੀਂ ਹੁੰਦੀ ਆ, ਫਿਰ ਪੁਲਿਸ ਥੋੜੇ ਗਲਤ ਕੰਮ ਕਰੂਗੀ। ਕੁੜੀ ਆ, ਮੇਰੇ ਉੱਪਰ ਵੀ ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਬੋਲੋ ਨਾ, ਨਹੀਂ ਤਾਂ ਤੁਹਾਨੂੰ ਥਾਣੇ ਲੈ ਜਾਣਾ। ਇਹ ਤੁਹਾਨੂੰ ਕਈਆਂ ਗੱਲਾਂ ਜੀ, ਬਿਲਕੁਲ ਮੈਂ ਕੁੜੀ ਹਾਂ, ਮੈਨੂੰ ਕਿਹਾ ਤੇ ਉਹ ਵੀ 6:30-7 ਦੀ ਗੱਲ ਹੈ, ਹਾਲਾਂਕਿ ਇਹ ਵੀ ਗੈਰ ਕਾਨੂੰਨੀ ਹੈ, 6 ਤੋਂ ਬਾਅਦ ਇੱਕ ਕੁੜੀ ਨੂੰ ਤੁਸੀਂ ਥਾਣੇ ਲੈ ਕੇ ਨਹੀਂ ਜਾ ਸਕਦੇ। ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਜੀ ਹੈ ਨਾ ਵੀ ਖੇਲਾਂ ਵੱਲ ਲੱਗੋ, ਨਸ਼ੇ 'ਤੇ ਅੱਗੋ, ਹੁਣ ਜਿਹੜੇ ਗਰਾਊਂਡ ਹੈਗੇ ਜਿਹੜੇ ਨਾਲ ਯੂਥ ਜੁੜਿਆ ਵਾ ਜੀ ਖੇਡਾਂ ਨਾਲ, ਉਹਨਾਂ ਨੂੰ ਵੀ ਤੋੜ ਰਹੇ ਹੈ ਜੀ। ਹੁਣ ਸਾਡੇ ਨਾਲ ਜੀ ਸਾਡੇ ਦੇਖੋ ਭੈਣਾਂ ਅਨਮੋਲ ਗਨਵਾਣੇ ਲੱਗਦੇ ਆ, ਉਹ ਵੋਟਾਂ ਵੇਲੇ ਇੰਨਾ ਆਏ ਉਰਾ ਇੰਨਾ ਕਹਿ ਕੇ ਗਏ ਹੈ ਨਾ ਜੀ, ਉਹ ਤਾਂ ਵਾਰਮਾ ਸੀ ਉਹਨਾਂ ਨੂੰ ਇੰਨਾ ਇੰਨੀ ਵਾਰ ਜਾਏ, ਸਾਨੂੰ ਉਹਨਾਂ ਇੱਕ ਵਾਰ ਵੀ ਨਹੀਂ ਮਿਲੇ ਹੈਗੇ ਉਹ। ਉਹਦਾ ਭਰਾ ਵੋਟਾਂ ਦੇ ਟਾਈਮ ਨਾਲ ਸਾਡੇ ਕੋਲ ਬੈਠਿਆ ਰਹਿੰਦਾ ਤਾ ਵੀਰ, ਇਸੇ ਗਰਾਊਂਡ 'ਚ ਆ ਕੇ ਉਹ ਕਹੇ ਕਰਦਾ ਤਾ ਵੀਰੇ ਤੁਹਾਡੀਆਂ ਮੰਗਾਂ ਸਿਰ ਮੱਥੇ, ਤੁਹਾਡਾ ਗਰਾਊਂਡ ਨੂੰ ਮੈਂ ਸਟੇਡੀਅਮ ਬਣਾ ਕੇ ਦਊਂਗਾ ਜਦੋਂ ਆਪਣੀ ਸਰਕਾਰ ਆ ਗਈ। ਪਰ ਉਸ ਤੋਂ ਬਾਅਦ ਉਹ ਮੁੰਡਾ ਸਾਨੂੰ ਮਿਲਿਆ ਨਹੀਂ, ਅੱਜ ਅਸੀਂ ਉਹਨੂੰ ਮਿਲਣ ਨੂੰ ਤਰਸਦੇ ਹਾਂ। ਸਿਰਫ ਇੱਕ ਕਾਰਪੋਰੇਟ ਬੰਦਾ ਆ ਕੇ ਇੱਥੇ ਆਰਡਰ ਦੇ ਗਿਆ। ਕਾਰਪੋਰੇਟ ਬੰਦਾ ਇਹ ਗਵਰਨਮੈਂਟ ਦੇਗਾ? ਨਹੀਂ ਸਰ, ਉਹ ਕੰਪਨੀ ਪਟਿਆਲੇ ਦੀ ਪ੍ਰਾਈਵੇਟ ਕੰਪਨੀ ਆ, ਪਟਿਆਲੇ ਦੀ ਪ੍ਰਾਈਵੇਟ ਕੰਪਨੀ ਆ ਉਹ। ਉਹ ਬੰਦੇ ਨੇ ਆ ਕੇ ਆਰਡਰ ਦਿੱਤਾ ਕਿ ਪੁਲਿਸ ਨੂੰ ਜਾ ਕੇ ਕਿ ਮੈਂ ਕਬਜ਼ਾ ਲੈਣ ਲੱਗਿਆ, ਚਲੋ ਮੇਰੇ ਨਾਲ, ਜਿਹੜਾ ਵੀ ਮੈਨੂੰ ਰੋਕੂਗਾ ਮੇਰੀ ਰਾਖੀ ਕਰੋ, ਮੇਰੀ ਪ੍ਰੋਟੈਕਸ਼ਨ ਦਿਓ। ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਇਹ ਸਰਕਾਰ ਦੇ ਵਿਰੋਧ 'ਚ ਖੜੇ ਆ, ਵਿਰੋਧੀ ਪਾਰਟੀਆਂ ਦੇ ਬੰਦੇ ਆ, ਕੋਈ ਅਜਿਹੀ ਗੱਲ ਤਾਂ ਨਹੀਂ ਤੁਸੀਂ ਇਸ ਪਿੰਡ ਦੇ ਬਸ਼ਿੰਦੇ ਹੈਗੇ ਹੋ? ਇੱਥੇ ਸਿਰਫ ਅਸੀਂ ਆਪਦੀ ਤਕਲੀਫ ਲੈ ਕੇ ਖੜੇ ਹਾਂ, ਠੀਕ ਹੈ? ਇੱਥੇ ਕੋਈ ਸਰਕਾਰ ਦਾ ਵਿਰੋਧ ਨਹੀਂ ਹੋ ਰਿਹਾ, ਇੱਥੇ ਜਿਹੜਾ ਗੈਰ ਕਾਨੂੰਨੀ ਕੰਮ ਜਾਂ ਗਲਤ ਕੰਮ ਹੋ ਰਿਹਾ ਸਿਰਫ ਉਹਦਾ ਵਿਰੋਧ ਹੋ ਰਿਹਾ। ਅਸੀਂ ਕਹਿੰਦੇ ਵੀ ਤੁਸੀਂ ਕਮਿਊਨਿਟੀ ਸੈਂਟਰ ਬਣਾ ਦਿਓ, ਕੋਈ ਡਿਸਪੈਂਸਰੀ ਖੋਲ੍ਹ ਦਿਓ ਜਿਹਦੇ ਨਾਲ ਲੋਕਾਂ ਨੂੰ ਸੁਵਿਧਾ ਮਿਲੇ, ਅਸੀਂ ਇਹ ਨਹੀਂ ਚਾਹੁੰਦੇ ਇੱਥੇ ਗੰਦਗੀ ਫੈਲੇ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਆ। ਜਦੋਂ ਕੋਈ ਬਹੁਤ ਜ਼ਿਆਦਾ ਰੋਹ ਦੇ ਵਿੱਚ ਹੋਵੇ, ਗੁੱਸੇ 'ਚ ਹੋਵੇ, ਤਾਂ ਕਿਹਾ ਜਾਂਦਾ ਕਿ ਉਹਦੀ ਅੱਖਾਂ 'ਚ ਖੂਨ ਉਤਰਿਆ ਆ, ਜਾਂ ਕੋਈ ਬਹੁਤ ਦੁਖੀ ਹੋਵੇ
ਤਾਂ ਕਿਹਾ ਜਾਂਦਾ ਕਿ ਖੂਨ ਦੇ ਹੰਝੂ ਰੋ ਰਿਹਾ ਅਤੇ ਪਿੰਡ ਵੀ ਇਹ ਹੈਗਾ ਖੂਨੀ ਮਾਜਰਾ ਖੇਡ ਸਟੇਡੀਅਮ ਅਤੇ ਲੋਕ ਵੀ ਇੱਥੇ ਇਕੱਠੇ ਹੋਏ ਆ। ਭਾਵਨਾਵਾਂ ਕੀ ਹੈ ਕਿ ਇਹ ਲੋਕ ਰੋਹ ਦੇ ਵਿੱਚ ਇਕੱਠੇ ਹੋਏ ਆ ਜਾਂ ਇਹ ਲੋਕ ਖੂਨ ਦੇ ਹੰਝੂ ਰੋ ਰਹੇ ਆ, ਇਹਨਾਂ ਦੀ ਭਾਵਨਾਵਾਂ ਕੀ ਹੈ, ਕਿਹੜੀ ਗੱਲ ਕਰਕੇ ਇੱਥੇ ਇਕੱਠੇ ਹੋਏ ਆ, ਉਹ ਗੱਲਬਾਤ ਕਰਦੇ ਹਾਂ। ਬਈ ਕੀ ਇਹੋ ਜਿਹਾ ਹੋ ਗਿਆ ਤੁਹਾਡਾ ਸਾਰਾ ਪਿੰਡ ਇਸ ਗਰਾਊਂਡ ਦੇ ਵਿੱਚ ਇਕੱਠਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ, ਇੱਥੇ ਅੱਜ ਸਾਰਾ ਪਿੰਡ ਜਿਹੜਾ ਸਾਡਾ ਇਕੱਠਾ ਹੋਇਆ, ਉਹਦੀ ਮੁੱਖ ਵਜ੍ਹਾ ਇਹ ਜਿਹੜਾ ਐਸ ਟੀ ਪੀ ਪਲਾਂਟ ਲੱਗ ਰਿਹਾ ਜੀ। ਇਹ ਜਿਹੜਾ ਇੱਥੇ ਸਰਕਾਰ ਵੱਲੋਂ ਆਹ ਪਲਾਂਟ ਲਾਇਆ ਜਾ ਰਿਹਾ, ਇੱਥੇ ਪੂਰੇ ਸ਼ਹਿਰ ਦੀ ਆਸੇ ਪਾਸੇ ਜਿੰਨੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੈ, ਇਹਦੀ ਗੰਦਗੀ ਲਿਆ ਕੇ ਇੱਥੇ ਇਹ ਕਹਿੰਦੇ ਪਾਣੀ ਸਾਫ਼ ਕਰਕੇ ਅਸੀਂ ਅੱਗੇ ਸਪਲਾਈ ਕਰੂੰਗੇ। ਪਾਣੀ ਨੂੰ ਫਿਲਟਰ ਕਰਨ ਦੇ ਲਈ ਜਾਂ ਸਾਫ਼ ਸਫਾਈ ਦੇ ਲਈ? ਹਾਂਜੀ ਹਾਂ, ਉਹ ਫਿਲਟਰ ਕਰਨ ਦੇ ਲਈ ਇਹ ਪਲਾਂਟ ਲਾ ਰਿਹਾ, ਕਹਿੰਦੇ ਫਿਰ ਅੱਗੇ ਸਪਲਾਈ ਕਰੂੰਗੇ, ਉਹ ਤੁਹਾਡੇ ਕੰਮ ਆਊਗੀ, ਤਾਂ ਇਹ ਸਾਡੇ ਕਿਸੇ ਕੰਮ ਦਾ ਹੈ ਨਹੀਂ। ਅਤੇ ਨੰਬਰ 2, ਇਹ ਜਿਹੜਾ ਪਲਾਂਟ ਲਾਇਆ ਜਾ ਰਿਹਾ ਇਹ ਸਾਡੇ ਗਰਾਊਂਡ ਦੀ ਜਗ੍ਹਾ ਵੀਰ, ਇੱਥੇ ਸਾਡੇ ਗਰਾਊਂਡ ਦੇ ਜਿਹੜੇ ਵਿੱਚ ਬੱਚੇ ਖੇਡਦੇ ਆ, ਇੱਥੇ ਹਰ ਸਾਲ ਟੂਰਨਾਮੈਂਟ ਕਰਵਾਏ ਜਾਂਦੇ ਆ, ਕੁਸ਼ਤੀਆਂ ਦੰਗਲ ਕਰਵਾਏ ਜਾਂਦੇ ਆ, ਕ੍ਰਿਕਟ ਟੂਰਨਾਮੈਂਟ ਹਰ ਸਾਲ ਹੁੰਦਾ ਹੈ, ਫੁੱਟਬਾਲ ਦਾ ਟੂਰਨਾਮੈਂਟ ਹੁੰਦਾ ਹੈ, ਮਤਲਬ ਹਰ ਗੇਮ ਦੇ ਇੱਥੇ ਹੈ ਨਾ ਪਲੇਅਰ ਹੈਗੇ ਹੈ, ਮਤਲਬ ਹਰੇਕ ਤਰ੍ਹਾਂ ਦੀ ਗੇਮ ਖੇਡੀ ਜਾਂਦੀ ਹੈ। ਸਾਡਾ ਇਹਨਾਂ ਨਾਲ ਅਸੀਂ ਇਹਨਾਂ ਦਾ ਬਹੁਤ ਵਿਰੋਧ ਕਰਿਆ ਵੀ ਇੱਥੇ ਨਾ ਲਾਓ, ਅਸੀਂ ਤੁਹਾਨੂੰ ਹੋਰ ਪਾਸੇ ਸੁਜੈਸਟ ਕਰ ਦਿੰਦੇ ਹਾਂ ਹੈ ਨਾ, ਉੱਥੇ ਤੁਸੀਂ ਕਰ ਲਓ। ਇਹ ਕਹਿੰਦੇ ਨਹੀਂ, ਇਹ ਤਾਂ ਇੱਥੇ ਹੀ ਲੱਗੂਗਾ। ਇਹਨਾਂ ਨੇ ਸਾਨੂੰ ਬਾਈ ਧਮਕੀਆਂ ਵੀ ਦਿੱਤੀਆਂ ਹੈ ਨਾ, ਫੋਰਸ ਵੀ ਕਰਿਆ ਇੱਥੇ, ਪਰਸੋਂ ਇਹਨਾਂ ਨੇ ਬਹੁਤ ਵੱਡੀ ਮਾਤਰਾ 'ਚ ਫੋਰਸ ਲਾ ਕੇ, ਇਹਨਾਂ ਨੇ ਸਭ ਪ੍ਰਸ਼ਾਸਨ ਵੱਲੋਂ ਹੀ, ਪ੍ਰਸ਼ਾਸਨ ਨੇ ਇੱਥੇ ਬਹੁਤ ਵੱਡੀ ਇੱਕ ਫੋਰਸ ਲਾ ਕੇ, ਡੀ ਐੱਸ ਪੀ ਸਾਹਿਬ ਖੁਦ ਆਏ ਅਤੇ ਉਹਨਾਂ ਨੇ ਫੋਰਸ ਦੀ ਨੁਮਾਇੰਦਗੀ ਕਰਕੇ ਇੱਥੇ ਦਬਕੇ ਮਾਰ ਕੇ ਹੈ ਨਾ ਕਬਜ਼ਾ ਲਿਆ ਇੱਕ ਤਰ੍ਹਾਂ ਦਾ। ਹਾਂ, ਜਦੋਂ ਕਹਿੰਦੇ ਕੋਈ ਸਰਕਾਰ ਕੰਮ ਕਰਦੀ ਹੈ ਤਾਂ ਲੋਕਾਂ ਦੀ ਭਲਾਈ ਲਈ ਕਰਦੀ ਹੈ, ਸਰਕਾਰ ਲੋਕਾਂ ਦੇ ਮਾਪਿਆਂ ਦੀ ਥਾਂ 'ਤੇ ਹੁੰਦੀ ਹੈ, ਸਰਕਾਰ ਲੋਕਾਂ ਦਾ ਪਾਲਣ ਪੋਸ਼ਣ ਕਰਦੀ ਹੈ, ਸਰਕਾਰ ਦਾ ਕੰਮ ਤਾਂ ਚੰਗਾ ਕੰਮ ਕਰਨਾ ਹੁੰਦਾ। ਬਹੁਤ ਸਾਰੇ ਲੋਕ ਕਹਿਣਗੇ ਵੀ ਸਰਕਾਰ ਨੇ ਤਾਂ ਵਧੀਆ ਕੰਮ ਕੀਤਾ, ਤੁਸੀਂ ਅੜਿੱਕਾ ਡਾ ਰਹੇ ਹੋ ਤਾਂ ਫਿਰ ਤੁਹਾਨੂੰ ਪੁਲਿਸ ਆ ਕੇ ਰੋਕੂਗੀ। ਅਸੀਂ ਤੁਹਾਨੂੰ ਇਹ ਸਰਕਾਰ ਜਿਹੜੇ ਚੰਗੇ ਕੰਮ ਕਰਦੀ ਹੈ ਉਹਦੀ ਸ਼ਲਾਘਾ ਕਰਦੇ ਹਾਂ ਵੀਰ, ਸਰਕਾਰ ਦੇ ਚੰਗੇ ਕੰਮ ਅਸੀਂ ਤੁਹਾਨੂੰ, ਸਾਡੇ ਪਿੰਡ ਦਾ ਤੁਸੀਂ ਚੱਕਰ ਲਾਇਓ, ਉੱਥੇ ਤੁਹਾਨੂੰ ਦਿਖਾ ਦਿੰਦੇ ਹਾਂ ਸਾਡੇ ਪਿੰਡ ਦੀ ਫਿਰਨੀ ਦੀ ਹਾਲਤ ਦੇਖਿਓ ਤੁਸੀਂ, ਉੱਥੇ ਅਸੀਂ ਪੈਦਲ ਚੱਲ ਕੇ ਬੜੀ ਮੁਸ਼ਕਲ ਨਾਲ ਜਾ ਸਕਦੇ ਹਾਂ, ਇੰਨੇ ਏਡੇ ਵੱਡੇ ਵੱਡੇ ਟੋਏ ਪਏ ਵੇ ਹੈ। ਨੰਬਰ 2, ਅੱਜ ਇੱਥੇ ਇਹ ਪਲਾਂਟ ਲਾ ਰਹੇ, ਬਿਲਕੁਲ ਇਹਦੇ ਨਾਲ ਨਾ ਟੋਭਾ ਏ, ਉਹ ਸਾਡੇ ਸਾਫ਼ ਪਾਣੀ ਦਾ ਟੋਭਾ ਸੀ ਹੈ ਨਾ ਪਿੰਡ ਦਾ, ਮੀਂਹ ਕਿਣੀ ਦਾ ਪਾਣੀ ਉੱਥੇ ਇਕੱਠਾ ਹੁੰਦਾ ਤਾ, ਆਪਣੇ ਨਾਲ ਇੱਕ ਜੇ ਡੀ ਪੀ ਐੱਲ ਏ ਕਲੋਨੀ ਆਪਣੇ ਪਿੱਛੇ ਬਣੀ ਹੋਈ ਹੈ, ਉਹਦਾ ਸੀਵਰੇਜ ਦਾ ਸਾਰਾ ਪਾਣੀ ਉੱਥੇ ਗਿਰ ਰਿਹਾ। ਸਾਡੇ ਨਾ ਬੰਦੇ ਨੇ ਉੱਥੇ ਮੱਛੀ ਪਾਲਣ ਦਾ ਕੰਮ ਕਰਿਆ ਤਾ ਜੀ, ਉਹਦੀਆਂ ਮੱਛੀਆਂ ਵੀ ਮਰੀਆਂ ਜੀ ਉੱਥੇ, ਮਤਲਬ ਵੀ ਇੱਦਾਂ ਦੇ ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਵਿਰੋਧ ਕਰਦੇ, ਸਰਕਾਰ ਨੂੰ ਕਿਹਾ ਵੀ ਹੈ ਵੀ ਸਾਡੇ ਪਿੰਡ ਇੱਦਾਂ ਹੋ ਰਿਹਾ, ਪਰ ਇਹਨੇ ਕੋਈ ਧਿਆਨ ਨਹੀਂ ਦਿੱਤਾ। ਸਾਡੇ ਪੀਣ ਵਾਲਾ ਪਾਣੀ ਹੈ, ਟੈਂਕੀ ਬੋਰ ਹੋਇਆ ਵਾ, ਉਹ ਸਾਡੇ ਪਿੰਡ ਦੇ ਬੰਦਿਆਂ ਨੇ ਨਾ 10-10, 20-20, 50-50 ਰੁਪਏ ਇਕੱਠੇ ਕਰਕੇ ਆਪ ਬੋਰ ਲਵਾਏ ਸੀ ਉਹ, ਅੱਜ ਤੋਂ 10-12 ਸਾਲ ਪਹਿਲਾਂ। ਉਹ ਪਾਣੀ ਵਾਲੀ ਟੈਂਕੀ ਦੀ ਜੜ੍ਹ 'ਚ ਵੀ ਅੰਬਿਕਾ ਇਨਕਲੇਵ ਉੱਥੇ ਕਲੋਨੀ ਹੈ, ਉਹਦਾ ਸੀਵਰੇਜ ਦਾ ਪਾਣੀ ਗਿਰ ਰਿਹਾ ਹੈ। ਉਹ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਕਰ ਚੁੱਕੇ ਹਾਂ ਹੈ ਨਾ ਵੀ ਇਹਨੂੰ ਬੰਦ ਕਰਵਾਓ, ਵੀ ਜਾਂ ਇਹਦਾ ਕੋਈ ਸਾਡਾ ਕਰੋ, ਹੱਲ ਕਰੋ, ਉੱਧਰ ਤਾਂ ਧਿਆਨ ਜਾ ਨਹੀਂ ਰਿਹਾ ਇਹਨਾਂ ਦਾ। ਕੀ ਆ ਹੁਣ ਪੰਚਾਇਤ ਆ ਜਾਂ ਇਹ ਕਮੇਟੀ ਦੇ? ਨਗਰ ਨਿਗਮ ਦੇ ਅਧੀਨ ਹੈ ਸਾਡਾ ਪਿੰਡ, ਐੱਮ ਸੀ ਸਾਹਿਬ ਨੂੰ ਵੀ ਅਪੀਲ ਕਰੀਏ, ਉਹ ਕਹਿੰਦੇ ਅਸੀਂ ਅੱਗੇ ਪ੍ਰਸ਼ਾਸਨ ਕੋਲ ਗੱਲ ਕਰੀਏ, ਈਓ ਸਾਹਿਬ ਕੋਲ, ਐਸ ਡੀ ਐਮ ਕੋਲ, ਪਰ ਸਾਡਾ ਹਾਲ ਤੱਕ ਉਹ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਇਆ। ਤੁਹਾਡੇ ਨਾਲ ਤੁਹਾਡੇ ਚੁਣੇ ਹੋਏ ਨੁਮਾਇੰਦੇ ਤੁਹਾਡੇ ਨਾਲ? ਉਹ ਸਾਡੇ ਨਾਲ ਖੜਦੇ ਆ ਜੀ, ਹੁਣ ਵੀ ਆਪਣੀ ਉਹਨਾਂ ਨਾਲ ਗੱਲ ਹੋਈ ਹੈ, ਉਹ ਇਸ ਟਾਈਮ ਨਾਲ ਮੀਟਿੰਗ 'ਚ ਬੈਠੇ ਆ, ਨਹੀਂ ਉਹ ਆਪਣੇ ਵਿੱਚ ਜ਼ਰੂਰ ਪਾਉਂਦੇ ਵੀਰ। ਅਤੇ ਹੁਣ ਸਰਕਾਰ ਦਾ ਇਹ ਕੰਮ ਜਿਹੜਾ ਇੱਥੇ ਹੋ ਰਿਹਾ ਉਹਦੇ ਨਾਲ ਤੁਹਾਡੇ ਤੁਹਾਨੂੰ ਨੁਕਸਾਨ ਕੀ ਹੋ ਰਿਹਾ? ਜੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਇੱਕ ਥਾਂ ਦੇ ਉੱਤੇ ਚੀਜ਼ ਬਣਾ ਰਹੀ ਆ ਤਾਂ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਵਿਕਾਸ ਕਰ ਰਹੇ ਹਾਂ, ਅਸੀਂ ਤਾਂ ਲੋਕਾਂ ਦਾ ਭਲਾ ਕਰ ਰਹੇ ਹਾਂ, ਤਾਂ ਤੁਸੀਂ ਕਹਿੰਦੇ ਹੋ ਵੀ ਸਾਡਾ ਇਹ 'ਚ ਨੁਕਸਾਨ ਆ, ਨੁਕਸਾਨ ਕੀ ਹੈ ਤੁਹਾਡਾ? ਨੁਕਸਾਨ ਸਭ ਤੋਂ ਵੱਡਾ ਤਾਂ ਵੀਰੇ ਇਹ ਹੈ, ਸਾਡੀ ਇੱਥੇ ਗੇਮ ਜਿਹੜੀ ਹੋ ਰਹੀ ਸੀ ਉਹ ਬੰਦ ਹੋ ਗਈ, ਪਰਸੋਂ ਦੀ ਇੱਥੇ ਇੰਨੀ ਕੁ ਫੋਰਸ ਹੈ ਤੀ ਵੀ ਅਸੀਂ ਇੱਧਰ ਨੂੰ ਇਹ ਰਸਤੇ ਨੂੰ ਵੀ ਲੰਘਦੇ ਤੇ ਤਾਂ ਸਾਨੂੰ ਪੁੱਛਿਆ ਜਾਂਦਾ ਤਾ ਵੀ ਤੁਸੀਂ ਕਿੱਧਰ ਜਾ ਰਹੇ ਹੈ।
ਆ ਤੁਸੀਂ ਦੇਖ ਸਕਦੇ ਫੁੱਟਬਾਲ ਦੇ ਪੋਲ ਲੱਗੇ ਹੋਏ ਤੇ ਕੰਮ ਇਹਨਾਂ ਨੇ ਬਾਅਦ 'ਚ ਸ਼ੁਰੂ ਕਰਿਆ ਏ। ਸਭ ਤੋਂ ਪਹਿਲਾਂ ਪੋਲ ਪੱਟ ਕੇ ਇਹਨਾਂ ਨੇ ਸਾਈਡ 'ਤੇ ਰੱਖਿਆ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਗਰਾਊਂਡ 'ਚ ਆਏ ਨਾ ਸਕੇ। ਉਸ ਤੋਂ ਬਾਅਦ ਸਾਡੇ ਮੁੰਡੇ ਜਿਹੜੇ ਹੈ, ਸਾਡੇ ਨਾ ਨਸ਼ੇ ਦਾ ਪ੍ਰਭਾਵ ਬਹੁਤ ਹੈ ਵੀਰੇ, ਅਸੀਂ ਬਹੁਤ ਮੁਸ਼ਕਿਲ ਨਾਲ ਸਾਡੇ ਪਿੰਡ ਦੇ ਮੁੰਡੇ ਸਿੰਘ ਸੱਜ ਰਹੇ ਹੈ, ਗੇਮਾਂ ਵੱਲ ਆ ਰਹੇ ਹੈ। ਸਭ ਤੋਂ ਵੱਡਾ ਨੁਕਸਾਨ ਤਾਂ ਸਾਨੂੰ ਇਹੀ ਹੈ, ਸਾਡੇ ਮੁੰਡੇ ਗਰਾਊਂਡ ਨਾਲੋਂ ਟੁੱਟ ਰਹੇ ਹੈ। ਨੰਬਰ 2, ਇਹ ਖੁੱਲ੍ਹੀ ਜਗ੍ਹਾ ਹੈ, ਇੱਥੇ ਲਾਗ ਪਾਸ ਕੋਈ ਗਰੀਬ ਬੰਦੇ ਨੇ ਪ੍ਰੋਗਰਾਮ ਕਰਨਾ ਹੁੰਦਾ, ਵਿਆਹ ਸ਼ਾਦੀ ਦਾ ਜਾਂ ਕੋਈ ਹੋਰ, ਸਾਹਮਣੇ ਮਾੜੀ ਹੈ, ਹੈ ਨਾ, ਉੱਥੇ ਮੰਦਰ ਵੀ ਹੈਗਾ ਹੈ, ਉਹਨਾਂ ਨੇ ਲੰਗਰ ਦਾ ਕੋਈ ਪ੍ਰੋਗਰਾਮ ਕਰਨਾ, ਕੋਈ ਫੰਕਸ਼ਨ, ਉਹ ਇੱਥੇ ਕਰਦੇ ਹੈ, ਮਤਲਬ ਜਗ੍ਹਾ ਕੰਮ ਆਉਂਦੀ ਹੈ। ਬਾਕੀ ਆਸ ਪਾਸ ਦੇ ਪਿੰਡਾਂ 'ਚ ਗਰਾਊਂਡ ਨਹੀਂ ਹੈ ਵੀਰ, ਮੋਹਾਲੀ ਚੰਡੀਗੜ੍ਹ ਤੋਂ ਲੋਕ ਸੰਡੇ ਨੂੰ ਸੈਚਰਡੇ ਨੂੰ ਇੱਥੇ ਖੇਡਣ ਆਉਂਦੇ, ਜਗ੍ਹਾ ਨਹੀਂ ਮਿਲਦੀ। ਅਸੀਂ ਆਪ ਇੱਥੇ ਨਾ ਪੈਸੇ ਦੇ ਕੇ ਸਾਡੇ ਲਾਗ ਪਾਸ ਨਾ ਸਟੇਡੀਅਮ ਬਣਵਾਏ ਹੋਏ ਹੈ ਲੋਕਾਂ ਨੇ ਆਪਣੇ ਜ਼ਮੀਨਾਂ 'ਚ, ਉੱਥੇ 10-20 ਹਜ਼ਾਰ ਰੁਪਇਆ ਫੀਸ ਹੈ ਇੱਕ ਮੈਚ ਦੀ, ਇੱਕ ਬੱਚੇ ਨੂੰ ਵੀਰ 300-400 ਰੁਪਏ ਖਰਚਾ ਆਉਂਦਾ ਹੈ, ਕਿਹੜਾ ਲਾ ਕੇ ਖੇਡ ਲੂਗਾ ਵੀਰੇ। ਤੁਸੀਂ ਖੇਡਾਂ ਦੀ ਗੱਲ ਕਰਦੇ ਹੋ ਵੀ ਇਹ ਸਾਡਾ ਗਰਾਊਂਡ ਸੀ, ਇਹ ਗਰਾਊਂਡ ਖਤਮ ਹੋ ਗਿਆ, ਮਲਕੀਅਤ ਕਿਹਦੀ ਹੈ ਇਹ ਜਗ੍ਹਾ, ਤੁਹਾਡੇ ਪਿੰਡ ਦੀ ਆ, ਕਿਹਦੀ ਮਲਕੀਅਤ ਆ? ਬਾਈ ਜੀ ਦੇਖੋ, ਗੱਲ ਤਾਂ ਇੱਦਾਂ ਜੀ, ਜਗ੍ਹਾ ਤਾਂ ਸਾਡੇ ਪਿੰਡ ਦੇ ਬਜ਼ੁਰਗਾਂ ਦੀ ਤਿਆਰ ਕਰੀ ਵੀ ਹੈ ਜੀ ਇਹ ਗਰਾਊਂਡ, ਟੋਏ ਭਰੇ ਵੀ ਸਾਡੇ ਬਜ਼ੁਰਗ ਖੜੇ ਆ, ਤੁਸੀਂ ਬਜ਼ੁਰਗਾਂ ਨੂੰ ਪੁੱਛ ਸਕਦੇ ਆ ਜੀ, ਹੈ ਨਾ। ਪਿੰਡ ਕਹਿੰਦੇ ਕਮੇਟੀ 'ਚ ਆ ਗਏ ਜੀ, ਹੈ ਨਾ, ਜੋ ਕਮੇਟੀ 'ਚ ਆਇਆ ਪਹਿਲਾਂ ਜਗ੍ਹਾ ਕਿਹਦੀ ਤੀ? ਜਗ੍ਹਾ ਸਾਡੇ ਪਿੰਡ ਦੇ ਗਰਾਊਂਡ ਦੀ, ਇਹ ਜਿੱਥੇ ਆਪਾਂ ਖੜੇ ਹਾਂ ਬੋਰਡ ਪਾ ਦੇਖੋ ਜੀ ਤੁਸੀਂ, ਆਹ ਸਟੇਡੀਅਮ ਬਣਿਆ ਭਾਅ ਜੀ, ਇਹ 'ਤੇ ਆਪਾਂ ਨੂੰ 2007 ਵਿੱਚ ਗ੍ਰਾਂਟ ਵੀ ਮਿਲੀ ਵੀ ਹੈ ਸਟੇਡੀਅਮ ਦੇ ਨਾਂ 'ਤੇ, ਗਰਾਊਂਡ ਦੇ ਨਾਂ 'ਤੇ ਜੀ, ਹੈ ਨਾ। ਸਾਡੇ ਹੁਣ ਨਸ਼ੇ ਨਾਲ ਇੰਨੀਆਂ 6-7 ਮੌਤਾਂ ਹੋ ਲਈਆਂ ਜੀ ਘੱਟੋ ਘੱਟ ਜੀ, ਹੈ ਨਾ, ਸਾਰੇ ਮੁੰਡੇ ਹੁਣ ਗੇਮ ਨਾਲ ਜੁੜੇ ਵੀ ਆ, ਉਹ ਟੁੱਟ ਰਹੇ ਹੈ ਜੀ, ਹੈ ਨਾ, ਔਰ ਬਿਮਾਰੀਆਂ ਦਾ ਘਰ ਦੇਖੋ ਜੀ ਤੁਸੀਂ ਕਿੰਨਾ, ਕੈਂਸਰ ਵੀ ਫੈਲ ਰਿਹਾ ਜੀ ਦੇਖੋ ਇਹਦੇ ਨਾਲ ਤਾਂ ਜੀ, ਜਿਸ ਤਰ੍ਹਾਂ ਹੁਣ ਇਹ ਟ੍ਰੀਟਮੈਂਟ ਪਲਾਂਟ ਲਾਉਣਾ ਜੀ ਉਰਾ ਜੀ, ਸਾਰੇ ਖਰੜ ਦਾ ਹੀ ਗੰਦ ਗੇੜਨੇ ਇਹਨਾਂ ਨੇ ਇੱਥੇ ਦਾ। ਉਹ ਵੀ ਇਹ ਵੀ ਤਰਕ ਦੇਣਗੇ ਵੀ ਫਿਰ ਕੈਂਸਰ ਦਾ ਤਾਂ ਇਲਾਜ ਕਰਨਾ, ਵੀ ਟ੍ਰੀਟ ਕਰਕੇ ਟ੍ਰੀਟਮੈਂਟ ਕਰਕੇ ਵਾਟਰ ਦਾ, ਅਸੀਂ ਉਹਨੂੰ ਕਿਸੇ ਪਾਸੇ ਛੱਡਾਂਗੇ ਵੀ ਇੱਥੇ ਧਰਤੀ ਵਿੱਚ ਨਾ ਜਾਵੇ, ਹੋਰ ਲੋਕ ਵੀ ਤੰਗ ਨਾ ਹੋਣ, ਸਗੋਂ ਸਾਰੇ ਲੋਕਾਂ ਦਾ ਜਿਹੜਾ ਫਾਇਦਾ ਹੋਊਗਾ ਤੁਹਾਡੇ ਇਸ ਪਿੰਡ ਦੀ ਥਾਂ ਕਰਕੇ। ਬਾਈ ਜੀ ਇਹ ਤਾਂ ਸਾਡੇ ਪਿੰਡ ਨੂੰ ਕਿਆ ਫਾਇਦਾ, ਪਾਣੀ ਸਾਡੇ ਪਿੰਡ ਦਾ ਥੋੜ੍ਹੀ ਹੈ ਜੀ, ਸਾਰੇ ਖਰੜ ਦਾ, ਕਲੋਨੀਆਂ ਦਾ, ਸ਼ਹਿਰਾਂ ਦਾ ਹੀ ਆ ਜੀ, ਸਾਰੇ ਸ਼ਵਾਲਕ ਦਾ ਪਾਣੀ, ਸਾਰੇ ਜਿੰਨਾ ਵੀ ਪਿੱਛੇ ਆਈ ਕਲੋਨੀ ਹੈ ਸਾਰਿਆਂ ਦਾ ਪਾਣੀ ਹੈ ਜੀ ਆਹ। ਆਹ ਦੇਖੋ ਤੁਸੀਂ ਹੁਣ ਗਰਾਊਂਡ ਤਾਂ ਦੇਖੋ ਤੁਸੀਂ, ਗਰਾਊਂਡ ਕਿੱਥੇ ਨੂੰ ਰਿਹਾ ਜੀ ਆਹ। ਇੱਕਰੇ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਜੀ, ਹੈ ਨਾ, ਵੀ ਖੇਡਾਂ ਵੱਲ ਲਗੋ, ਨਸ਼ੇ 'ਤੇ ਅੱਗੋ, ਹੁਣ ਜਿਹੜੇ ਗਰਾਊਂਡ ਹੈਗੇ ਜਿਹੜੇ ਨਾਲ ਯੂਥ ਜੁੜਿਆ ਵਾ ਜੀ ਖੇਡਾਂ ਨਾਲ, ਉਹਨਾਂ ਨੂੰ ਵੀ ਤੋੜ ਰਹੇ ਇਹਦਾ ਜੀ। ਹੁਣ ਸਾਡੇ ਨਾਲ ਜੀ ਸਾਡੇ ਦੇਖੋ ਭੈਣਾਂ ਅਨਮੋਲਕ ਦਨਮਾਨੇ ਲੱਗਦੇ ਆ, ਉਹ ਵੋਟਾਂ ਵੇਲੇ ਇੰਨਾ ਆਏ ਉਰੇ, ਇੰਨਾ ਕਹਿ ਕੇ ਗਏ, ਹੈ ਨਾ ਜੀ, ਉਹ ਤਾਂ ਵਾਰਮਾ ਸੀ ਉਹਨਾਂ ਨੂੰ ਇੰਨਾ, ਇੰਨੀ ਵਾਰ ਜਾਏ ਸਾਨੂੰ ਉਹਨਾਂ ਇੱਕ ਵਾਰ ਵੀ ਨਹੀਂ ਮਿਲੇ ਹੈਗੇ ਉਹ। ਇਹ ਮਸਲਾ ਤੁਸੀਂ ਲੈ ਕੇ ਗਏ ਉਹਨਾਂ ਕੋਲ? ਗਏ ਹਾਂ ਅਸੀਂ ਲੈ ਕੇ, ਯਾਰ ਦੇਖੋ ਪਿੰਡ ਖੜੇ ਸਾਡਾ ਪੁੱਛੋ ਸਾਰੇ ਨੂੰ ਜੀ। ਨਹੀਂ ਨਹੀਂ ਜੀ, ਉਹਦਾ ਭਰਾ ਵੋਟਾਂ ਦੇ ਟਾਈਮ ਨਾ ਸਾਡੇ ਕੋਲ ਬੈਠਿਆ ਰਹਿੰਦਾ ਤਾ ਵੀਰ, ਇਸੇ ਗਰਾਊਂਡ 'ਚ ਆ ਕੇ ਉਹ ਕਹੇ ਕਰਦਾ ਤਾ ਵੀਰੇ ਤੁਹਾਡੀਆਂ ਮੰਗਾਂ ਸਿਰ ਮੱਥੇ, ਤੁਹਾਡਾ ਗਰਾਊਂਡ ਨੂੰ ਮੈਂ ਸਟੇਡੀਅਮ ਬਣਾ ਕੇ ਦਊਂਗਾ ਜਦੋਂ ਆਪਣੀ ਸਰਕਾਰ ਆ ਗਈ। ਪਰ ਉਸ ਤੋਂ ਬਾਅਦ ਉਹ ਮੁੰਡਾ ਸਾਨੂੰ ਮਿਲਿਆ ਨਹੀਂ, ਅੱਜ ਅਸੀਂ ਉਹਨੂੰ ਮਿਲਣ ਨੂੰ ਤਰਸਦੇ ਹਾਂ। ਸਾਡਾ ਬਹੁਤ ਬੜਾ ਰੋਹ ਹੈ ਮੈਡਮ ਅਨਮੋਲਕਾ ਗੁਣਮਾਨ ਨਾਲ, ਆਉਣ ਵਾਲੀਆਂ ਵੋਟਾਂ 'ਚ ਅਸੀਂ ਹਰੇਕ ਪੋਲੀਟੀਕਲ ਪਾਰਟੀ ਦਾ ਵਿਰੋਧ ਕਰੂੰਗੇ ਔਰ ਉਹਨਾਂ ਦਾ ਪਿੰਡ 'ਚ ਵੜਨਾ ਬੈਨ ਕਰੂੰਗੇ, ਅਸੀਂ ਪਿੰਡ 'ਚ ਨਹੀਂ ਫਿਰ ਵੜਨ ਦਿੰਦੇ ਵੋਟਾਂ 'ਚ। ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ ਜੀ 83 ਸਾਲ ਹੈ। ਇਸੇ ਪਿੰਡ ਦੇ ਵਾਸੀ ਹੋ ਤੁਸੀਂ? ਹਾਂਜੀ। ਇਹ ਗਰਾਊਂਡ ਬਾਰੇ ਦੱਸੋ ਵੀ ਇਹ ਕਿਹਦੀ ਮਲਕੀਅਤ ਸੀ, ਕਿਵੇਂ? ਪਹਿਲਾਂ ਪੰਚਾਇਤ ਪਾਸ ਸੀ, ਪੰਚਾਇਤ ਤੋਂ ਬਾਅਦ ਫਿਰ ਸਾਡਾ ਪਿੰਡ ਮਿਊਂਸੀਪੈਲਟੀ ਵਿੱਚ ਸ਼ਾਮਲ ਹੋ ਗਿਆ, ਹੁਣ ਮਿਊਂਸੀਪੈਲਟੀ ਅੰਡਰ ਹੈ। ਪਰ ਜਿਹੜੇ ਹੈ ਬੱਚੇ ਇੱਥੇ ਸਾਡੇ ਪਿੰਡ ਦੇ ਖੇਡਦੇ ਨੇ, ਬਾਹਰ ਦੇ ਲੋਕ ਵੀ ਆਉਂਦੇ, ਸਾਡਾ ਵਾਤਾਵਰਨ ਇੱਥੇ ਖਰਾਬ ਹੋ ਜਾਣਾ ਜਿਹਾ ਕੰਮ ਹੋ ਗਿਆ, ਸਾਡੇ ਪਿੰਡ ਨਾਲ ਅਨਿਆਏ ਹੋ ਰਿਹਾ, ਬੇਇਨਸਾਫੀ ਹੋ ਰਹੀ ਹੈ ਬਹੁਤ ਭਾਰੀ, ਕਿਉਂਕਿ ਜੋ ਸਾਰੇ ਪਿੰਡਾਂ ਦਾ 5-6 ਪਿੰਡ ਦਾ ਪਾਣੀ ਇੱਥੇ ਗੰਦਾ ਹੋ ਕੇ ਗਿਰਨਾ, ਉਹਦੇ ਨਾਲ ਸਾਰਾ ਵਾਤਾਵਰਨ ਖਰਾਬ ਹੋਣਾ, ਹਵਾ ਖਰਾਬ ਹੋਣੀ ਹੈ, ਜਿਸ ਤਰ੍ਹਾਂ ਡੱਡੂ ਮਾਜਰੇ ਵਿੱਚ ਉਹ ਗੰਦਾ ਗੰਦ ਗਿਰਿਆ ਵਾ, ਉਹਦਾ ਢੇਰ ਲੱਗਿਆ, ਉਸ ਤਰ੍ਹਾਂ ਜਿਸ ਤਰ੍ਹਾਂ ਡੱਡੂ ਮਾਜਰਾ ਦੁਖੀ ਹੈ, ਉਸ ਤਰ੍ਹਾਂ ਸਾਡਾ ਪਿੰਡ ਦੁਖੀ ਹੋਊਗਾ, ਜਿਸ ਤਰ੍ਹਾਂ ਪੋਲਟਰੀ ਫਾਰਮ ਦੀ ਮੱਖੀਆਂ ਫੈਲਦੀਆਂ, ਉਸ ਤਰ੍ਹਾਂ ਇੱਥੇ ਮੱਖੀਆਂ ਫੈਲਣੀਆਂ। ਇਸ ਵਾਸਤੇ ਜਿਹੜਾ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਵੀ ਜਿਹੜਾ ਪਲਾਂਟ ਹੈ ਸਾਡੇ ਪਿੰਡ ਤੋਂ ਕਿਤੇ
ਲੈਣ ਤੋਂ ਹੇਠਾਂ ਜਾਂ ਪਾਸੇ ਜਾ ਕੇ ਬਣਾਇਆ। ਇਹ ਇਹ ਗੱਲਾਂ ਨੂੰ ਵਾਜਬ ਸਮਝਦੇ ਹੋ ਜੋ ਤੁਸੀਂ ਕਹਿ ਰਹੇ ਹੋ ਵੀ ਮੱਖੀਆਂ ਫੈਲਣਗੀਆਂ ਜੇ? ਇਹ ਇਹ ਵਾਜਬ ਗੱਲਾਂ ਬਿਲਕੁਲ ਤੁਸੀਂ ਦੇਖਿਆ ਕਿਤੇ ਵੀ ਇੱਦਾਂ ਇਹ ਕਾਰਨ ਬਣ ਰਹੇ ਆ? ਤੁਸੀਂ ਦੇਖਿਆ ਜੀ ਕਦੀ ਕਿਤੇ ਵੀ ਜੇ ਪਲਾਂਟ ਲੱਗਿਆ ਹੋਵੇ ਤਾਂ ਉਹਦੇ ਆਸੇ ਪਾਸੇ ਜਿਹੜੀਆਂ ਸਮੱਸਿਆਵਾਂ ਆਈਆਂ? ਬਿਲਕੁਲ ਜੀ, ਇਹ ਪਤਾ ਗਿਆ ਗਿਲਕੋ ਦੇ ਵਿੱਚ ਵੀ ਲੱਗਿਆ ਵਾ, ਕਹਿਤਾ ਦਿੰਦੇ ਕਲੋਨੀ ਬਣੀ ਹੈ ਜਿਹੜੀ ਸੇਵਰੇਜ ਪਈ ਵੀ ਹੈ। ਆਹ ਗਿਲਕੋ ਵੈਲੀ ਨੇ ਇੱਥੇ ਜਿਹੜਾ ਆਪਣਾ ਐਮ ਸੀ ਬਣਿਆ ਗਰਜੀ 'ਚ ਗੱਗੀ, ਉਹ ਆਪਣਾ ਆਨੰਦ ਨਗਰ ਦੇ ਵਿੱਚ ਪੁਆਇੰਟ ਜੋੜ ਦਿਆ ਪਾਣੀ ਦਾ, ਓਵਰਫਲੋ ਪਾਣੀ ਹੋ ਗਿਆ, ਲੈਟਰਿੰਗ ਬਾਥਰੂਮ ਦੇ ਜਿਸ ਤਰ੍ਹਾਂ ਉਬਾਲੇ ਮਾਰਦਾ ਉਸੇ ਸਾਰੇ ਵੀ ਜਿਹੜੀ ਆਹ ਜਗ੍ਹਾ 'ਤੇ ਖੁੰਨੀ ਮਾਜਰੇ ਦੀ ਇਹ ਗਊ ਚਰਾਂ ਜਗ੍ਹਾ 'ਤੇ 32 ਕਿੱਲੇ 'ਤੇ, 32 ਕਿੱਲਿਆਂ 'ਚੋਂ ਸਾਨੂੰ ਸਾਰੇ ਪਿੰਡ ਨੂੰ ਕਿਆ ਸਹੂਲਤ ਮਿਲੀ ਹੈ? ਪਹਿਲਾਂ ਕਾਲਜ ਨੇ ਰੱਬ ਲਏ, ਫਿਰ ਆ ਥਾਣੇ ਨੂੰ ਦੇ ਤਿਆ, ਕਾਲਜ ਬਣਿਆ ਤੁਹਾਡੀ ਜਗ੍ਹਾ 'ਚ ਪੋਲੀਟੈਕਨੀਕਲ ਕਾਲਜ, ਉਹਦੇ ਵਿੱਚ ਸਾਡਾ ਇੱਕ 84 PN ਕੋਈ ਸਫਾਈ ਕਰਮਚਾਰੀ ਤੱਕ ਨਹੀਂ ਸਾਨੂੰ। ਕਿੱਲਿਆਂ 'ਚ ਬਣਿਆ ਉਹ? ਇਹ ਘੱਟੋ ਘੱਟ 16 ਕਿੱਲਿਆਂ ਦੇ ਉਹ ਸੀ ਜੀ ਕਾਲਜ ਬਣਿਆ, 16 ਕਿੱਲਿਆਂ ਕਾਲਜ ਬਣਿਆ। ਉਹਦੀ 7 ਲੱਖ ਰੁਪਇਆ ਗ੍ਰਾਂਟ ਮਿਲੀ ਸੀ, ਵਿਆਜ ਪਾ ਕੇ 10 ਲੱਖ ਮਿਲਿਆ ਸੀ, 7 ਲੱਖ ਰੁਪਇਆ ਸਟੇਡੀਅਮ ਦੇ ਵਿੱਚ ਲੱਗਿਆ ਵਾ ਉਹਦਾ, ਤਾਂ ਸਟੇਡੀਅਮ ਤਿਆਰ ਕਰਾਇਆ ਤਾ। ਇਹ ਲੋਕਾਂ ਦੀ ਜ਼ਮੀਨ ਕੱਟ ਕੇ ਹੋਈ ਵੀ ਇਹ ਸਾਰੀ, ਲੋਕਾਂ ਦੀ ਗਊ ਚਰਾਂ ਜਗ੍ਹਾ 'ਤੇ ਇਹ, ਹਰ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਜਿਹੜੀ ਪੰਚਾਇਤੀ ਜਗ੍ਹਾ 'ਤੇ ਲੋਕਾਂ ਦੇ ਬੰਡੁਆਰੇ ਪੈ ਕੇ ਉਹਨਾਂ ਨੂੰ ਆਪਣੇ ਆਪਣੇ ਮਲਕੀ ਦਾ ਹੱਕ ਮਿਲ ਗਿਆ ਆਪਣਾ, ਜਿਹਨਾਂ ਵੰਡੀ ਹੈ ਨਾ ਜੀ ਉਹਨਾਂ ਦਾ ਹਿੱਸਾ ਬਣਦਾ ਸੀ। ਲੱਗਦਾ ਫਿਰ ਸਰਕਾਰ ਇੱਥੇ ਕੋਈ ਕੰਮ ਨਹੀਂ ਕਰ ਸਕਦੀ, ਸਰਕਾਰ ਇੱਥੇ ਕਾਲਜ ਨਹੀਂ ਬਣਾ ਸਕਦੀ, ਸਰਕਾਰ ਇੱਥੇ ਥਾਣਾ ਨਹੀਂ ਬਣਾ ਸਕਦੀ, ਜਾਂ ਸਰਕਾਰ ਟ੍ਰੀਟਮੈਂਟ ਪਲਾਂਟ ਨਹੀਂ ਬਣਾ ਸਕਦੀ, ਇਹ ਕਿਉਂ ਲੱਗਦਾ ਤੁਹਾਨੂੰ? ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਬਣਾ ਸਕਦੇ, ਕੋਈ ਚੰਗੀ ਸਹੂਲਤ ਦੇਣ, ਡਿਸਪੈਂਸਰੀ ਬਣਾਉਣ, ਆਹ ਕਮਿਊਨਿਟੀ ਸੈਂਟਰ ਬਣਿਆ ਵਾ ਇੱਥੇ ਜਾ ਕੇ ਦੇਖ ਲਓ, ਨੀਆਂ ਭਰੀਆਂ ਪਈਆਂ ਪਈਆਂ। ਅਸੀਂ ਇਹ ਵੀ ਬੇਨਤੀ ਕਰੀ ਸੀ SGM ਨਹੀਂ ਅੱਜ ਤੱਕ, ਬਿਲਕੁਲ ਨੀਆਂ ਭਰੀਆਂ ਪਈਆਂ ਜੀ। ਜਿਹੜਾ ਗਰੀਬ ਪਰਿਵਾਰ ਆਪਣਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਇੱਥੇ ਟੈਂਟ ਲਾ ਕੇ ਕਰਦਾ ਹੈ, ਅਸੀਂ ਕਹਿੰਦੇ ਵੀ ਤੁਸੀਂ ਕਮਿਊਨਿਟੀ ਸੈਂਟਰ ਬਣਾ ਦਿਓ, ਕੋਈ ਡਿਸਪੈਂਸਰੀ ਖੋਲ੍ਹ ਦਿਓ ਜਿਹਦੇ ਨਾਲ ਲੋਕਾਂ ਨੂੰ ਸੁਵਿਧਾ ਮਿਲੇ। ਅਸੀਂ ਇਹ ਨਹੀਂ ਚਾਹੁੰਦੇ ਇੱਥੇ ਗੰਦਗੀ ਫੈਲੇ। ਸਾਡਾ ਬੋਰ ਲੱਗਿਆ ਵਾ 1200 ਫੁੱਟ 'ਤੇ ਬੋਰ ਹੈ, ਹੁਣ ਤੁਸੀਂ ਕਹਿੰਦੇ ਵੀ 200-250 ਫੁੱਟ 'ਤੇ ਤਾਂ ਘੱਟੋ ਘੱਟ ਜਿਹੜਾ ਪਾਣੀ ਦਾ ਗੰਦੇ ਦਾ ਅਸਰ ਪਾਣੀ ਦੇ ਵਿੱਚ ਚਲਾ ਗਿਆ, ਅਤੇ ਹੁਣ ਉਹ 1200 ਫੁੱਟ ਬੋਰ ਹੈ ਜਿਹੜਾ ਹਰ ਟਾਈਮ ਟੋਭਾ ਪਾਣੀ ਦਾ ਭਰਿਆ ਰਹਿੰਦਾ। ਲੋਕ ਸਵਾਲ ਕਰਨਗੇ, ਮਾਫ ਕਰਨਾ ਮੈਂ ਤੁਹਾਨੂੰ ਉਹ ਸਵਾਲ ਰੱਖਦਾ ਜਿਹੜਾ ਬਾਅਦ 'ਚ ਲੋਕਾਂ ਤੋਂ ਆਉਣਾ। ਲੋਕ ਕਹਿਣਗੇ ਵੀ ਤੁਸੀਂ ਜ਼ਮੀਨਾਂ ਵੇਚੀਆਂ ਆਪਣੀਆਂ, ਖੇਤੀ ਵਾਲੀ ਜ਼ਮੀਨਾਂ ਵੇਚੀਆਂ ਤਾਂ ਬਿਲਡਿੰਗਾਂ ਬਣੀਆਂ, ਹੁਣ ਉਹ ਪਾਣੀ ਕਿੱਥੇ ਸਿੱਟਣ? ਜੇ ਤੁਸੀਂ ਜ਼ਮੀਨਾਂ ਵੇਚੀਆਂ ਤਾਂ ਤੁਹਾਡੀ ਜ਼ਮੀਨ 'ਚੋਂ ਇੱਕ ਟ੍ਰੀਟਮੈਂਟ ਪਲਾਂਟ ਬਣ ਗਿਆ, ਫਿਰ ਕੀ ਲੋੜਾ ਪੈਣਾ ਆ ਗਿਆ? ਦੇਖੋ ਜੀ ਗੱਲ ਇਸ ਤਰ੍ਹਾਂ, ਜ਼ਮੀਨਾਂ ਦੇਖੋ ਜਿਹੜੀ ਕੰਪਨੀਆਂ ਆਉਂਦੀਆਂ ਜ਼ਮੀਨਾਂ ਖਰੀਦਦੇ, ਜ਼ਿਮੀਂਦਾਰ ਨੂੰ ਪੈਸਾ ਚਾਹੀਦਾ ਹੁੰਦਾ, ਅਤੇ ਦੂਜਾ ਜਿਹਨੇ ਮਕਾਨ ਲੈਣਾ ਉਹਨੇ ਆਪਣੀ ਪ੍ਰੋਪਰਟੀ ਰਹਿਣ ਵਾਸਤੇ ਤਾਂ ਰਹਿਣ ਬਸੇਰਾ ਖਰੀਦਣੇ ਖਰੀਦਣਾ। ਮੰਨ ਲਓ ਜਿਹੜੀ ਡੀਲਰ ਕੋਈ ਪ੍ਰੋਪਰਟੀ ਡੀਲਰ ਜਾਂ ਬਿਲਡਰ ਕੋਈ ਆਪਣੀ ਮਕਾਨ ਬਣਾ ਰਿਹਾ ਤਾਂ ਪਹਿਲਾਂ ਉਹਦਾ ਹੱਕ ਬਣਦਾ, ਮੈਂ ਖਰੀਦਣ ਤੋਂ ਪਹਿਲਾਂ ਆਪਣਾ ਪਾਣੀ ਦੀ ਸਹੂਲਤ ਦੇਖਾਂ ਵੀ ਕਿੱਥੇ ਜਾਊਗਾ ਇਹ। ਹੁਣ ਜਿੰਨੇ ਵੀ ਮੈਂ ਅੰਬਿਕਾ ਦੇ ਵਿੱਚ ਦੁੱਧ ਪਾਉਂਦਾ ਹੈ, ਹਰ JTPL ਦੇ ਵਿੱਚ ਦੁੱਧ ਪਾਉਂਦਾ, ਉਹ ਲੋਕ ਰੋ ਰਹੇ ਹੈ, ਕਹਿੰਦੇ ਸਾਨੂੰ ਪਲਾਟ ਵੇਚ ਕੇ ਲੰਘੇ, ਲੇਕਿਨ ਸਾਡੇ ਪਾਣੀ ਦੀ ਨਿਕਾਸ ਦਾ ਸਹੂਲਤ ਕੋਈ ਨਹੀਂ ਹੈ ਸਾਨੂੰ। ਉਹ ਵੀ ਠੱਗੀ ਦਾ ਸ਼ਿਕਾਰ ਹੋਏ, ਉਹ ਵੀ ਠੱਗੀ ਦਾ ਸ਼ਿਕਾਰ ਹੋਏ ਸਾਰੇ ਜਾ ਰਹੇ ਰੋ ਰਹੇ ਅੰਬਿਕਾ ਦੇ ਵਿੱਚ, ਮੁੜ ਕੇ ਕੋਈ ਸਾਰ ਨਹੀਂ ਲੈਂਦੇ, ਉਲਟ ਉਹਨੇ ਤਾਂ 200-400 ਰੁਪਇਆ ਆਪਣੇ ਇਹਦਾ ਟ੍ਰੀਟਮੈਂਟ ਦਾ ਜਿਹੜਾ ਮਾੜਾ ਮੋਟਾ ਪਾਣੀ ਸਵਾਰਨਾ ਕੁਛ ਮੁਰੰਮਤ ਦਾ ਪੈਸੇ ਲੈਂਦੇ ਹਰ ਮਹੀਨੇ ਮੰਥਲੀ ਲੈ ਰਹੇ ਹਾਂ ਜੀ। ਸੋ ਬਿਲਕੁਲ ਬੀਬੀਆਂ ਵੀ ਇੱਥੇ ਖੜੀਆਂ, ਇੱਥੋਂ ਗੱਲਬਾਤ ਕਰਦੇ ਹਾਂ, ਕਿਵੇਂ ਦੇਖਦੇ ਹੋ ਜੀ ਇਹ? ਹੁਣ ਪਿੰਡ ਇਕੱਠਾ ਹੋਇਆ, ਤੁਸੀਂ ਵੀ ਇੱਥੇ ਆਏ ਹੋ, ਅਤੇ ਇਹ ਤਾਂ ਲੋਕ ਕਹਿਣਗੇ ਵੀ ਮਸਲਾ ਇੱਦਾਂ ਦਾ ਵੀ ਇਹ ਤਾਂ ਵਧੀਆ, ਲੋਕ ਚਾਹੁੰਦੇ ਵੀ ਸਾਡੇ ਟ੍ਰੀਟਮੈਂਟ ਪਲਾਂਟ ਲੱਗੇ, ਪਾਣੀ ਕੋਈ ਉਹਦੀ ਨਿਕਾਸੀ ਦਾ ਪ੍ਰਬੰਧ ਹੋਵੇ ਕੋਈ, ਅਤੇ ਤੁਸੀਂ ਇਹਦਾ ਵਿਰੋਧ ਕਰਨ ਲੱਗ ਗਏ। ਸਰ ਮੈਂ ਇੱਕੋ ਗੱਲ ਕਹੂੰਗੀ, ਜੇ ਇੰਨਾ ਇਹ ਭਲਾਈ ਦਾ ਕੰਮ ਹੈ ਨਾ ਤਾਂ ਅਨਮੋਲ ਮੈਡਮ ਆਪਣੇ ਆਫਿਸ ਦੇ ਨੇੜੇ ਬਣਵਾ ਲੈਣ, ਉਹਨਾਂ ਨੂੰ ਜਦੋਂ ਗੰਦਲੀ ਹਵਾ ਮਿਲੂਗੀ, ਜਦੋਂ ਸਾਹ ਲੈਣਾ ਵੀ ਔਖਾ ਹੋ ਜਾਊਗਾ, ਉਹਨਾਂ ਨੂੰ ਪਤਾ ਚੱਲ ਜੂ ਵੀ ਕਿੰਨਾ ਕੁ ਇਹ ਭਲਾਈ ਦਾ ਕੰਮ ਹੈ। ਆਹ ਸਾਹਮਣੇ ਰੇੜੀਆਂ ਵਾਲੇ ਨੇ ਜਿਹੜੇ ਸਬਜ਼ੀ ਵੇਚਦੇ ਆ, ਫਰੂਟ ਵੇਚਦੇ ਆ, ਤੁਹਾਨੂੰ ਲੱਗਦਾ ਜਦੋਂ ਇੱਥੇ ਪਲਾਂਟ ਲੱਗ ਗਿਆ ਉਹ ਇੱਥੇ ਵਿਚਾਰੇ ਖੜ ਵੀ ਸਕਦੇ ਆ? ਅਸੀਂ ਇਕੱਲੇ ਆਪਦੇ ਪਿੰਡ ਲਈ ਨਹੀਂ ਇੱਥੇ ਖੜੇ, ਇੱਕ ਗਰੀਬ ਬੰਦਾ ਵੀ ਮਾਰਿਆ ਜਾਊਗਾ ਜਿਹਦੀ ਰੋਜ਼ੀ ਰੋਟੀ ਹੀ ਇੱਕ ਠੇਲੇ ਤੋਂ ਚੱਲਦੀ ਹੈ, ਉਹ ਇੱਥੇ ਖੜ ਨਹੀਂ ਸਕਦੇ ਆ, ਦੁਕਾਨਾਂ ਵਾਲੇ ਇੱਥੇ ਚੀਜ਼ਾਂ ਨਹੀਂ ਵੇਚ ਸਕਦੇ, ਠੀਕ ਹੈ? ਦੂਸਰੀ ਗੱਲ,
ਜੇ ਇਹ ਚੀਜ਼ ਜਾਇਜ਼ ਆ, ਮੈਨੂੰ ਤੁਸੀਂ ਇੱਕ ਵਾਰੀ ਕੈਮਰੇ ਨਾਲ ਤੁਸੀਂ ਇਹ ਚੀਜ਼ ਜ਼ਰੂਰ ਦਿਖਾਇਓ ਕਿ ਇਦੂ ਅੱਗੇ ਇਸ ਪਾਣੀ ਦਾ ਨਿਕਾਸ ਕਿੱਥੇ ਹੋਊਗਾ। ਕੋਈ ਥਾਂ ਹੈ ਨਹੀਂ ਇੱਥੇ, ਕੋਈ ਨਦੀ ਕੋਈ ਨਾਲਾ ਜਿਹੜਾ ਦਿਖਾ ਦਿਓ। ਜੇ ਦਿਖਾ ਦੇਣ ਅਸੀਂ ਕਿਉਂ ਰੌਲਾ ਪਾਈਏ ਵੀ ਇਸ ਤੋਂ ਬਾਅਦ ਤੁਹਾਡਾ ਜਿਹੜਾ ਗੰਦਾ ਪਾਣੀ ਜਾਊਗਾ ਉਹ ਤੁਹਾਡਾ ਇੱਥੇ ਵਿੱਚ ਨਹੀਂ ਸਿਮੂਗਾ ਜ਼ਮੀਨ ਦੇ, ਇਦੂ ਅਸੀਂ ਅੱਗੇ ਗਾਂਹ ਕੱਢ ਦਾਂਗੇ ਆਹ ਜਗ੍ਹਾ 'ਚ। ਕੋਈ ਹੈ ਹੀ ਨਹੀਂ ਉਸ ਤੋਂ ਅੱਗੇ ਤਾਂ ਰਿਹਾਇਸ਼ੀ ਏਰੀਆ। ਸਰ ਤੁਸੀਂ ਦੱਸੋ ਰਿਹਾਇਸ਼ੀ ਏਰੀਆ 'ਚ ਇੱਕ ਸੀਵਰੇਜ ਪਲਾਂਟ ਹੋਣਾ ਕਿੰਨਾ ਕੁ ਜਾਇਜ਼ ਗੱਲ? ਪਹਿਲੀ ਗੱਲ ਤਾਂ ਇਹ ਹੈ ਗੈਰ ਕਾਨੂੰਨੀ। ਹੁਣ ਇਹ ਕਹਿਣਗੇ ਕਿ ਨਹੀਂ ਜੀ ਸਰਕਾਰ ਨੇ ਪਾਸ ਕੀਤਾ ਤਾਂ ਕਾਨੂੰਨੀ ਹੈ, ਹੋਰ ਥਾਂ ਵੀ ਲੱਗਿਆ ਹੋਇਆ, ਇਹ ਪੁਆਇੰਟ ਕਹਿਣਗੇ ਸਾਨੂੰ। ਪਰ ਸਰ ਉਹ ਇਹਨਾਂ ਨੇ ਆਪ ਹੀ ਪਾਸ ਕੀਤਾ ਨਾ, ਕਿਸੇ ਨੂੰ ਪੁੱਛ ਕੇ ਕੀਤਾ, ਕਿਸੇ ਪਿੰਡ ਦੇ ਕਿਸੇ ਤੋਂ ਸਲਾਹ ਲੈ ਕੇ ਕਿਸੇ ਤੋਂ ਮਨਜ਼ੂਰੀ ਲੈ ਕੇ ਕੀਤਾ। ਹੁਣ ਮੇਰੇ ਹੱਥ 'ਚ ਕਲਮ ਆ ਗਈ, ਮੈਂ ਕਿਸੇ ਪੋਸਟ 'ਤੇ ਹਾਂ, ਮੈਂ ਉੱਥੇ ਜਿਹੜੀ ਮਰਜ਼ੀ ਚੀਜ਼ 'ਤੇ ਸਾਈਨ ਕਰਕੇ ਪਾਸ ਕਰਦਾ, ਠੀਕ ਹੈ? ਇਹ ਪਾਵਰ ਦਾ ਮਿਸਯੂਜ਼ ਹੈ ਸਰ, ਸਿੰਪਲ ਜੀ ਗੱਲ ਹੈ। ਦੂਸਰੀ ਗੱਲ, ਜਿਹੜੀ ਪਰਸੋਂ ਸਾਡੇ ਨਾਲ ਜਿਹੜੀ ਵੀਰ ਹੋਣਾ ਨੇ ਦੱਸਿਆ ਵੀ ਧੱਕੇਸ਼ਾਹੀ ਹੋਈ ਆ, ਸਰ ਇੱਕ ਤੁਸੀਂ ਸੁਣਿਆ ਕਦੇ ਵੀ ਪੁਲਿਸ ਪ੍ਰਸ਼ਾਸਨ ਕੋਈ ਠੇਕਾ ਢਾਉਣ ਗਿਆ ਹੋਵੇ ਵੀ ਇਹ ਗੈਰ ਕਾਨੂੰਨੀ ਠੇਕਾ ਚੱਲ ਰਿਹਾ ਸ਼ਰਾਬ ਦਾ, ਪੁਲਿਸ ਉਹਨੂੰ ਢਾਉਣ ਆਈ ਹੈ? ਕਦੇ ਸੁਣਿਆ? ਨਹੀਂ ਨਾ। ਇੱਕ ਪਲੇ ਗਰਾਊਂਡ 'ਚ ਮੁੰਡਿਆਂ ਨੂੰ ਅਤੇ ਪਿੰਡ ਦੇ ਲੋਕਾਂ ਨੂੰ ਵੜਨ ਤੋਂ ਮਨਾ ਕੀਤਾ ਜਾ ਰਿਹਾ, ਇੱਕ ਪਲੇ ਗਰਾਊਂਡ 'ਚ ਖੇਡ ਦੇ ਮੈਦਾਨ 'ਚ ਜਾਣ ਤੋਂ ਰੋਕਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ। ਮਤਲਬ ਉਹ ਕਾਰਪੋਰੇਟਾਂ ਦੀ ਇੰਨੀ ਕੁ ਨੁਮਾਇੰਦਗੀ ਕਰ ਰਹੇ ਨੇ ਵੀ ਜਿੱਦਾਂ ਉਹ ਉਹਨਾਂ ਦੇ ਹੀ ਚੇਲੇ ਹੋਣ, ਵੀ ਹਾਂ ਸਾਨੂੰ ਕਾਰਪੋਰੇਟ ਕਿਸੇ ਆ ਕੇ ਬੰਦੇ ਨੇ ਸਾਨੂੰ ਕੁਛ ਕਹਿਤਾ ਤੇ ਅਸੀਂ ਉਹਨਾਂ ਦੀ ਰਾਖੀ ਕਰਨੀ ਹੈ। ਗੈਰ ਕਰਨੀ ਕਾਨੂੰਨੀ ਨਹੀਂ ਹੈਗਾ ਜੋ ਕੰਮ ਹੋ ਰਿਹਾ, ਗੈਰ ਕਾਨੂੰਨੀ ਆ। ਕਰਨਾ ਕਾਨੂੰਨੀ ਹੁੰਦਾ? ਪਰ ਪੁਲਿਸ ਤਾਂ ਕਾਨੂੰਨ ਦੀ ਰਾਖੀ ਨਹੀਂ ਹੁੰਦੀ ਆ, ਫਿਰ ਪੁਲਿਸ ਥੋੜੇ ਗਲਤ ਕੰਮ ਕਰੂਗੀ? ਇਹ ਸਵਾਲ ਤੁਸੀਂ ਪੁਲਿਸ ਨੂੰ ਕਰੋ ਜਾ ਕੇ, ਉਹਨਾਂ ਨੇ ਇੱਕ ਕਾਰਪੋਰੇਟ ਬੰਦੇ ਦਾ ਸਾਥ ਕਿਉਂ ਦਿੱਤਾ ਜਦੋਂ ਪੂਰੇ ਪਿੰਡ ਤੁਹਾਡੇ ਸਾਹਮਣੇ ਰੋ ਰਿਹਾ ਕਿ ਜੀ ਸਾਡੀ ਪੰਚਾਇਤੀ ਜ਼ਮੀਨ ਆ, ਇਹਦੇ ਉੱਤੇ ਕਬਜ਼ਾ ਨਾ ਕਰੋ। ਜਿਨ੍ਹਾਂ ਦੀ ਜ਼ਮੀਨ ਆ ਤੁਸੀਂ ਉਹਨਾਂ ਨਾਲ ਨਹੀਂ ਗੱਲ ਕਰ ਰਹੇ ਜੋ ਕਬਜ਼ਾ ਲੈਣ ਆਏ ਆ। ਸਰ ਅਸੀਂ ਇਕੱਠੇ ਆ, ਇੰਨੇ ਜਾਣੇ ਤੁਹਾਡੇ ਸਾਹਮਣੇ ਆ, ਅਸੀਂ ਭੀੜ ਇਕੱਠੀ ਹੋ ਕੇ ਕਿਤੇ ਕਬਜ਼ਾ ਲੈਣ ਚਲੇ ਜਾਂਦੇ ਹਾਂ, ਜਾਇਜ਼ ਹੋਊਗਾ? ਬਾਅਦ ਵਿੱਚ ਅਸੀਂ ਕਹਾਂਗੇ ਪੁਲਿਸ ਨੂੰ ਸਾਡੀ ਰਾਖੀ ਕਰੋ ਅਤੇ ਪੁਲਿਸ ਸਾਡੀ ਰਾਖੀ ਕਰੂਗੀ ਵੀ ਲੋਕ ਕਬਜ਼ਾ ਕੋਈ ਨਾ, ਅਸੀਂ ਖੜੇ ਹਾਂ ਰੋਕਣ ਲਈ, ਜਿਹੜਾ ਤੁਹਾਨੂੰ ਰੋਕਣਾ ਹੋਊ ਅਸੀਂ ਉਹ 'ਤੇ ਲਾਠੀ ਚਾਰਜ ਕਰਾਂਗੇ। ਤੁਸੀਂ ਕੀ ਸਮਝਦੇ ਹੋ? ਕੁੜੀ ਹਾਂ, ਮੇਰੇ ਉੱਪਰ ਵੀ ਉਹਨਾਂ ਨੇ ਇਹ ਚੀਜ਼ ਕਹੀ ਕਿ ਤੁਸੀਂ ਬੋਲੋ ਨਾ ਨਹੀਂ ਤਾਂ ਤੁਹਾਨੂੰ ਥਾਣੇ ਲੈ ਜਾਣਾ। ਇਹ ਤੁਹਾਨੂੰ ਕਈਆਂ ਗੱਲਾਂ ਜੀ ਬਿਲਕੁਲ, ਮੈਂ ਕੁੜੀ ਹਾਂ, ਮੈਨੂੰ ਕਿਹਾ ਤੇ ਉਹ ਵੀ 6:30-7 ਦੀ ਗੱਲ ਹੈ, ਹਾਲਾਂਕਿ ਇਹ ਵੀ ਗੈਰ ਕਾਨੂੰਨੀ ਹੈ, 6 ਤੋਂ ਬਾਅਦ ਇੱਕ ਕੁੜੀ ਨੂੰ ਤੁਸੀਂ ਥਾਣੇ ਲੈ ਕੇ ਨਹੀਂ ਜਾ ਸਕਦੇ। ਸਿੰਪਲ ਜੀ ਗੱਲ, ਇਹ ਸ਼ਾਇਦ ਉਹਨਾਂ ਨੂੰ ਖੁਦ ਨੂੰ DSP ਹੋਣ ਤੋਂ ਬਾਅਦ ਵੀ ਨਹੀਂ ਪਤਾ ਹੋਣਾ ਜਿਨ੍ਹਾਂ ਨੇ ਉੱਥੇ ਖੜ ਕੇ ਆਰਡਰ ਦਿੱਤੇ ਕਿ ਆ ਕੁੜੀ ਨੂੰ ਥਾਣੇ ਲੈ ਕੇ ਜਾਓ, ਇਹ ਭੜਕਾ ਰਹੀ ਹੈ। ਜੇ ਮੁੱਦੇ ਉਠਾਉਣਾ ਅੱਜ ਦੀ ਸਰਕਾਰ ਲਈ ਗੈਰ ਕਾਨੂੰਨੀ ਆ, ਅੱਜ ਦੀ ਸਰਕਾਰ ਲਈ ਕਿਸੇ ਨੂੰ ਭੜਕਾਉਣਾ, ਠੀਕ ਹੈ ਨਾ, ਉਹਨੂੰ ਥਾਣੇ ਲਿਜਾਣ ਦੀ ਵਜ੍ਹਾ ਹੋ ਸਕਦਾ, ਫਰੀਡਮ ਆਫ ਸਪੀਚ ਨਹੀਂ ਹੈਗੀ, ਤਾਂ ਸਰ ਇਹੋ ਜਿਹੀ ਸਰਕਾਰ ਕਿਸੇ ਨੂੰ ਨਹੀਂ ਚਾਹੀਦੀ ਅੱਗੇ। ਸਰਕਾਰ ਕਿਉਂ ਇੰਨੀ, ਜੇ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਜਿੱਦ ਹੈ ਵੀ ਇੱਥੇ ਹੀ ਅਸੀਂ ਤਾਂ ਪਲਾਂਟ ਬਣਾਉਣਾ, ਫਿਰ ਸਰਕਾਰ ਕੋਲ ਤਾਂ ਹੋਰ ਵੀ ਥਾਂ ਹੋਸੇ, ਕਿੱਥੇ ਕੋਈ ਹੋਰ ਆਪਸ਼ਨ ਹੈਗੀ ਤੁਹਾਨੂੰ ਲੱਗਦਾ? ਸਰ ਵੀਰ ਹੋਣਾ ਨੇ ਤੁਹਾਨੂੰ ਦੱਸਿਆ ਕਿ ਪਹਿਲੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ, ਅਨਮੋਲ ਮੈਡਮ ਦੇ ਆਫਿਸ ਵੀ ਗਏ ਨੇ, ਜਾਣ ਨਹੀਂ ਦਿੱਤਾ ਜਾਂ ਕਹਿ ਲਓ ਮਿਲੇ ਨਹੀਂ ਉਹ, ਹੈ ਨਾ, ਪਰ ਜਿਨ੍ਹਾਂ ਨਾਲ ਵੀ ਹੋਰ ਉਦੋਂ ਨੀਚੇ ਵਾਲੇ ਕਰਮਚਾਰੀਆਂ ਨਾਲ ਮੀਟਿੰਗਾਂ ਹੋਈਆਂ, ਵੀਰ ਹੋਣਾ ਨੇ ਉਹਨਾਂ ਨੂੰ ਬਹੁਤ ਸਾਰੇ ਆਪਸ਼ਨ ਦਿੱਤੇ ਨੇ ਜਿੱਥੇ ਪਲਾਂਟ ਲੱਗ ਸਕਦਾ, ਠੀਕ ਹੈ, ਬਹੁਤ ਸਾਰੀਆਂ ਥਾਵਾਂ ਦੀ ਇਹਨਾਂ ਨੇ ਸੁਜੈਸ਼ਨ ਦੇ ਕੇ ਆਏ ਹੋਏ ਆ, ਪਰ ਉਹ ਚੀਜ਼ ਤੇ ਕੋਈ ਗੌਰ ਨਹੀਂ ਹੋਈ, ਸਿਰਫ ਇੱਕ ਕਾਰਪੋਰੇਟ ਬੰਦਾ ਆ ਕੇ ਇੱਥੇ ਆਰਡਰ ਦੇ ਗਿਆ। ਕਾਰਪੋਰੇਟ ਬੰਦਾ ਇਹ ਗਵਰਨਮੈਂਟ ਦੇਗਾ? ਨਹੀਂ ਸਰ, ਉਹ ਕੰਪਨੀ ਪਟਿਆਲੇ ਦੀ ਪ੍ਰਾਈਵੇਟ ਕੰਪਨੀ ਆ, ਪਟਿਆਲੇ ਦੀ ਪ੍ਰਾਈਵੇਟ ਕੰਪਨੀ ਆ ਉਹ, ਉਹ ਬੰਦੇ ਨੇ ਆ ਕੇ ਆਰਡਰ ਦਿੱਤਾ ਕਿ ਪੁਲਿਸ ਨੂੰ ਜਾ ਕੇ ਕਿ ਮੈਂ ਕਬਜ਼ਾ ਲੈਣ ਲੱਗਿਆ, ਚਲੋ ਮੇਰੇ ਨਾਲ ਜਿਹੜਾ ਵੀ ਮੈਨੂੰ ਰੋਕੂਗਾ ਮੇਰੀ ਰਾਖੀ ਕਰੋ, ਮੇਰੀ ਪ੍ਰੋਟੈਕਸ਼ਨ ਦਿਓ। ਪੈਸਾ ਓਬਵੀਅਸਲੀ ਖਾਧਾ ਗਿਆ, ਅਸੀਂ ਤਾਂ ਮੂੰਹ ਤੇ ਕਹਿੰਦੇ ਹਾਂ ਸਾਨੂੰ ਨਾ ਕੋਈ ਡਰ ਹੈ, ਅਸੀਂ ਕੋਈ ਗਲਤ ਗੱਲ ਕਹੀਏ ਤਾਂ ਅਸੀਂ ਡਰੀਏ ਨਾ, ਜਿੱਦਣ ਅਸੀਂ ਕੋਈ ਗਲਤ ਗੱਲ ਕਵਾਂਗੇ ਅਸੀਂ ਡਰਾਂਗੇ ਸਰ, ਪਰ ਜਿੰਨਾ ਟਾਈਮ ਹੱਕ ਸੱਚ ਬੋਲਣ ਦੀ ਸਾਡੇ 'ਚ ਹਿੰਮਤ ਆ ਅਸੀਂ ਬੋਲਾਂਗੇ, ਜਿੰਨਾ ਕੁ ਟਾਈਮ ਰੱਬ ਨੇ ਹਿੰਮਤ ਬਖਸ਼ੀ ਆ ਸੱਚ ਬੋਲਣ ਦੀ ਬੋਲਾਂਗੇ, ਜਿੱਦਣ ਸਾਡੀਆਂ ਲੱਤਾਂ ਭਾਰ ਨਾ ਝੱਲੀਆਂ ਅਸੀਂ ਵੀ ਚੁੱਪ ਕਰਕੇ ਘਰਾਂ 'ਚ ਬੈਠ ਜਾਂਗੇ। ਸਿੰਪਲ ਜੀ ਗੱਲ ਹੈ। ਬਾਕੀ ਸਰ ਤੀਸਰਾ ਪੁਆਇੰਟ,
ਪੰਜ ਸਾਲਾਂ ਤੱਕ ਜੇ ਇਹ ਸੀਵਰੇਜ ਪਲਾਂਟ ਲੱਗ ਗਿਆ 5 ਸਾਲਾਂ ਤੱਕ ਉਹ ਸਾਰਾ ਗੰਦਲਾ ਪਾਣੀ ਜ਼ਮੀਨ 'ਚ ਰਿਸੂਗਾ। ਸਰ ਫਿਲਟਰਾਂ ਨੇ ਕੰਮ ਕਰਨਾ ਬੰਦ ਕਰ ਦੇਣਾ, ਕੋਈ ਪਾਣੀ ਸਾਫ਼ ਨਹੀਂ ਮਿਲੂ ਇੱਥੇ ਪਿੰਡ ਵਾਲਿਆਂ ਨੂੰ ਪੀਣ ਨੂੰ। ਇਸ ਪਿੰਡ ਨੂੰ ਛੱਡੋ, ਖਰੜ ਦੇ ਵਿੱਚ ਜਿੰਨਾ ਸਾਰਾ ਟੈਂਕੀਆਂ ਦਾ ਪਾਣੀ ਹੈ ਜਿਹੜਾ ਜ਼ਮੀਨ 'ਚੋਂ ਹੀ ਜਾਂਦਾ ਨਾ, ਕਿਹੜਾ ਉੱਪਰੋਂ ਇਕੱਠੀਆਂ ਕਰਦੀਆਂ ਨੇ ਟੈਂਕੀਆਂ, ਉਹ ਜ਼ਮੀਨ ਦੇ ਵਿੱਚ ਹੀ ਜਦੋਂ ਤੁਸੀਂ ਇੱਕ ਇੰਨਾ ਜ਼ਿਆਦਾ ਕੈਮੀਕਲ ਵਾਲਾ ਪਾਣੀ ਰਿਸੀ ਜਾਊਗਾ। ਸਰ ਤੁਸੀਂ ਬੈਸਟੇਕ ਮੋਲ ਕੋਲ ਚਲੇ ਜਾਓ, ਠੀਕ ਹੈ, ਉੱਥੇ ਇਹਨਾਂ ਨੇ ਇਹੀ ਚੀਜ਼ ਕਹਿ ਕੇ ਪਲਾਂਟ ਲਾਇਆ ਸੀਗਾ। ਸ਼ਾਇਦ ਵੀਰ ਹੁਣਾਂ ਨੂੰ ਸਾਰਿਆਂ ਨੂੰ ਪਤਾ ਇਹ ਚੀਜ਼ ਕਿ ਇਹਦੀ ਸਮੈਲ ਨਹੀਂ ਆਊ, ਇਹ ਨਵੀਂ ਟੈਕਨੀਕ ਹੈ ਜੀ। ਇਹੀ ਚੀਜ਼ ਇਹ ਪਟਿਆਲੇ ਦੀ ਪ੍ਰਾਈਵੇਟ ਕੰਪਨੀ ਕਹਿ ਰਹੀ ਆ ਕਿ ਇਹਦੀ ਜਿਹੜੀ ਸਮੈਲ ਆ ਨਹੀਂ ਆਊਗੀ, ਆਲੇ ਦੁਆਲੇ ਦੇ ਏਰੀਏ 'ਚ ਬਦਬੋ ਨਹੀਂ ਆਊਗੀ, ਠੀਕ ਹੈ। ਬੈਸਟੇਕ ਵਾਲਿਆਂ ਨੇ ਇਹੀ ਕਹਿ ਕੇ ਪਲਾਂਟ ਲਾਇਆ ਸੀ ਸਰ, ਉਹ ਪੂਰੀ ਤੁਹਾਨੂੰ ਐਗਜ਼ਾਮਪਲ ਉੱਥੇ ਜਾ ਕੇ ਮਿਲੂਗੀ ਕਿੰਨੀ ਕੁ ਉੱਥੇ ਤੁਸੀਂ ਕਿੰਨਾ ਕੁ ਟਾਈਮ ਉੱਥੇ ਖੜ੍ਹ ਸਕਦੇ ਹੋ। ਇੱਕ ਵਾਰੀ ਜਾ ਕੇ ਇਹਨਾਂ ਨੂੰ ਕਿਹੋ ਤੁਸੀਂ ਇਹ ਨਵੀਂ ਟੈਕਨੀਕ ਤੁਸੀਂ ਜਿਹੜੀ ਸਾਨੂੰ ਦਿਖਾ ਰਹੇ ਹੋ ਨਾ, ਪਾਗਲ ਬਣਾ ਰਹੇ ਹੋ, ਮੂਰਖ ਬਣਾ ਰਹੇ ਹੋ, ਉੱਥੇ ਵੀ ਨਵੀਆਂ ਟੈਕਨੀਕਾਂ ਹੀ ਨੇ। ਤੁਸੀਂ ਹੁਣ ਇੱਥੇ ਵਿਰੋਧ ਕਰ ਰਹੇ ਹੋ ਇਸ ਪਲਾਂਟ ਦਾ, ਪਹਿਲਾਂ ਦੱਸਿਆ ਕਿ ਤੁਹਾਡੀ ਜਗ੍ਹਾ ਦੇ ਵਿੱਚ ਕਾਲਜ ਬਣਿਆ, ਤੁਹਾਡੀ ਜਗ੍ਹਾ 'ਚ ਥਾਣਾ ਬਣਿਆ, ਉਦੋਂ ਵੀ ਤੁਸੀਂ ਇੱਦਾਂ ਵਿਰੋਧ ਲਈ ਇਕੱਠੇ ਹੋਏ ਸੀ ਜਾਂ ਉਦੋਂ ਹੱਸ ਕੇ ਕਹਿਤਾ ਸੀ ਠੀਕ ਆ ਪੜ੍ਹਾਈ ਦਾ ਇੰਸਟੀਚਿਊਟ ਆ ਬਣਾਓ ਜੀ? ਸਰ ਥਾਣਾ ਅਤੇ ਪੜ੍ਹਾਈ ਇਹ ਕੋਈ ਮਾੜੀ ਗੱਲ ਨਹੀਂ, ਸਿਹਤ ਨਾਲ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ। ਅਸੀਂ ਆਪਦੀ ਸਿਹਤ ਨਾਲ, ਆਪਦੀਆਂ ਖੇਡਾਂ ਨਾਲ, ਇਹਨਾਂ ਚੀਜ਼ਾਂ ਨਾਲ ਧੱਕਾ ਨਹੀਂ ਬਰਦਾਸ਼ਤ ਕਰ ਸਕਦੇ। ਜੇ ਪੜ੍ਹਨ ਨੂੰ ਸਾਡੇ ਬੱਚਿਆਂ ਨੂੰ ਨੇੜੇ ਥਾਂ ਮਿਲ ਰਹੀ ਹੈ, ਸਾਡੀ ਪ੍ਰੋਟੈਕਸ਼ਨ ਲਈ ਪੁਲਿਸ ਥਾਣਾ ਸਾਡੇ ਜਗ੍ਹਾ ਦੇ ਨੇੜੇ ਆ ਰਿਹਾ, ਉਹ ਸਾਨੂੰ ਮਨਜ਼ੂਰ ਹੈ, ਇੱਥੇ ਹਸਪਤਾਲ ਖੋਲ੍ਹ ਦੇਣ, ਇੱਥੇ ਕੋਈ ਹੋਰ ਚੀਜ਼ ਖੋਲ੍ਹ ਦੇਣ, ਅਸੀਂ ਸ਼ਾਇਦ ਉਹ ਚੀਜ਼ ਲਈ ਸਾਰੇ ਖੁਸ਼ ਹੋ ਕੇ ਰਾਜੀ ਹੋਈਏ। ਚਲੋ ਖੇਡ ਗਰਾਊਂਡ ਨਹੀਂ ਹੈਗਾ ਤਾਂ ਐਟਲੀਸਟ ਚਲੋ ਕੋਈ ਹੋਰ ਵਧੀਆ ਚੀਜ਼ ਤਾਂ ਹੈ, ਪਰ ਪਲੇ ਗਰਾਊਂਡ ਦੇ ਵਿੱਚ ਤਾਂ ਮਤਲਬ ਹੀ ਨਹੀਂ ਹੈਗਾ ਕਿ ਤੁਸੀਂ ਇੱਕ ਕੈਮੀਕਲ ਵਾਲੀ ਚੀਜ਼ ਲਾ ਕੇ ਉਹਦਾ ਪਲਾਂਟ ਲਾ ਕੇ ਖੜਾ ਕਰ ਦਿਓ। ਇਹ ਤਾਂ ਚੀਜ਼ ਤੁਸੀਂ ਖੁਦ ਸਮਝਦਾਰ ਹੋ, ਇਹ ਚੀਜ਼ ਜਮ੍ਹਾਂ ਨਜਾਇਜ਼ ਹੈ ਸਰ, ਠੀਕ ਹੈ। ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਇਹ ਸਰਕਾਰ ਦੇ ਵਿਰੋਧ 'ਚ ਖੜੇ ਆ, ਵਿਰੋਧੀ ਪਾਰਟੀਆਂ ਦੇ ਬੰਦੇ ਆ, ਕੋਈ ਅਜਿਹੀ ਗੱਲ ਤਾਂ ਨਹੀਂ ਤੁਸੀਂ ਇਸ ਪਿੰਡ ਦੇ ਪਛਿੰਦੇ ਹੈਗੇ ਹੋ? ਸਰ ਆ ਸਾਡੀਆਂ ਬੀਬੀਆਂ ਨਾ ਤੁਹਾਨੂੰ ਵਿਰੋਧੀ ਪਾਰਟੀ ਵਾਲੀਆਂ ਲੱਗ ਰਹੀਆਂ, ਸਾਡੇ ਵੀਰ ਤੁਹਾਨੂੰ ਕੋਈ ਇੱਥੇ ਪੋਲੀਟੀਕਲ ਪਾਰਟੀ ਵਾਲਾ ਝੰਡਾ ਲੈ ਕੇ ਖੜਾ ਦਿਖ? ਕਹਿਣ ਵਾਲਿਆਂ ਨੇ ਕਹਿ ਦੇਣਾ ਜੀ ਸਵਾਲ ਖੜੇ ਕਰਨੇ ਆ, ਕਹਿ ਲੈਣ, ਕਹਿਣ ਦਾ ਸਭ ਨੂੰ ਹੱਕ ਹੈ ਸਰ, ਜਿਵੇਂ ਸਾਨੂੰ ਬੋਲਣ ਦਾ ਹੱਕ ਹੈ। ਚਲੋ ਅੱਡ ਗੱਲ ਹੈ ਕਿ ਸਾਡੇ ਬੋਲਣ 'ਤੇ ਲਾਠੀ ਚਾਰਜ ਹੋ ਜਾਂਦਾ, ਅਸੀਂ ਤਾਂ ਕਹਿੰਦੇ ਉਹ ਵੀ ਬੋਲ ਲੈਣ, ਸਾਨੂੰ ਦਿਖਾ ਦੇਣ ਅਸੀਂ ਕਿਹੜੀ ਪਾਰਟੀ ਨਾਲ ਹਾਂ। ਇੱਕ ਵੀ ਬੰਦਾ ਇਹਦੇ ਵਿੱਚੋਂ ਕਿਸੇ ਹੋਰ ਪਾਰਟੀ ਦਾ ਨਿਕਲਿਆ ਤਾਂ ਬੋਲਣਗੇ ਨਾ, ਐਂ ਕਹਿਣ ਨੂੰ ਤਾਂ ਅਸੀਂ ਕਹਿ ਦਿੰਦੇ ਹਾਂ। ਉਹ ਸਰਕਾਰ ਬਾਰੇ ਅਸੀਂ ਬੋਲ ਦਿੰਦੇ ਹਾਂ, ਅਸੀਂ ਪੁਲਿਸ ਪ੍ਰਸ਼ਾਸਨ ਬਾਰੇ ਬੋਲ ਦਿੰਦੇ ਹਾਂ, ਅਸੀਂ ਕਾਰਪੋਰੇਟਾਂ ਬਾਰੇ ਬੋਲ ਦਿੰਦੇ ਹਾਂ, ਪਰ ਸਾਡੇ ਕੋਲ ਜਾਇਜ਼ ਮੁੱਦੇ ਨੇ, ਅਸੀਂ ਸਿਰਫ ਮੁੱਦਿਆਂ ਤੇ ਬੋਲ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਆਏ ਆ, ਸਰਕਾਰ ਇਉਂ ਆ, ਇੱਥੇ ਕੋਈ ਮੁਰਦਾਬਾਦ ਦੇ ਨਾਰੇ ਨਹੀਂ ਲੱਗ ਰਹੇ ਸਰ, ਇੱਥੇ ਸਿਰਫ ਅਸੀਂ ਆਪਦੀ ਤਕਲੀਫ ਲੈ ਕੇ ਖੜੇ ਹਾਂ, ਠੀਕ ਹੈ। ਇੱਥੇ ਕੋਈ ਸਰਕਾਰ ਦਾ ਵਿਰੋਧ ਨਹੀਂ ਹੋ ਰਿਹਾ, ਇੱਥੇ ਜਿਹੜਾ ਗੈਰ ਕਾਨੂੰਨੀ ਕੰਮ ਜਾਂ ਗਲਤ ਕੰਮ ਹੋ ਰਿਹਾ ਸਿਰਫ ਉਹਦਾ ਵਿਰੋਧ ਹੋ ਰਿਹਾ, ਇੱਥੇ ਤੁਹਾਨੂੰ ਸਰਕਾਰ ਦੇ ਨਾਰੇ ਨਹੀਂ ਸੁਣ ਰਹੇ। ਸਰਕਾਰ ਦਾ ਕੀ ਫਾਇਦਾ ਇਸ ਥਾਂ ਦੇ ਉੱਤੇ ਪਲਾਂਟ ਲਾ ਕੇ, ਤੁਹਾਨੂੰ ਕੀ ਲੱਗਦਾ? ਸਰਕਾਰ ਜੇ ਸਰਕਾਰ ਦਾ ਕੋਈ ਫਾਇਦਾ ਨਾ ਹੋਵੇ, ਸਰਕਾਰ ਤਾਂ ਕਿਤੇ ਹੀ ਫਿਰ ਲਾ ਸਕਦੀ ਹੈ, ਸਰਕਾਰ ਇੱਥੇ ਕਿਉਂ ਲਾਉਣਾ ਚਾਹੁੰਦੀ? ਸਰਕਾਰ ਦਾ ਘੱਟ ਹੈ ਜੀ ਵੈਸੇ, ਇਹ ਜਿਹੜੇ ਸੁਸਾਇਟੀ ਵਾਲੇ ਜਿਸ ਤਰ੍ਹਾਂ ਕਿੰਨੀਆਂ ਵੀ ਪ੍ਰਾਈਵੇਟ ਅਦਾਰੇ ਕਲੋਨੀਆਂ ਬਣੀਆਂ, ਇਹਨਾਂ ਦਾ ਜ਼ਿਆਦਾ ਫਾਇਦਾ, ਇਹਨਾਂ ਨੇ ਹੋ ਸਕਦਾ ਡੋਨੇਸ਼ਨ ਵੀ ਦਿੱਤੀ, ਪੈਸੇ ਦਿੱਤੇ ਹੋਣਗੇ ਨੇ 20-40 ਲੱਖ ਰੁਪਈਆ, ਵੀ ਤਾਂ ਕਿ ਸਾਡਾ ਪਾਣੀ ਇੱਥੇ ਸਿਸਟਮ ਸੈੱਟ ਹੋ ਜਾਵੇ, ਕੰਪਨੀ ਨੇ ਪੈਸੇ ਦਿੱਤੇ ਜੀ। ਹਾਂ ਇਹ ਗੱਲ ਹੈ ਜੀ, ਜਿੱਦਾਂ ਵੀ ਪਾਣੀ ਆ ਰਿਹਾ ਸਾਰਾ, ਉਹਦੀ ਢਾਲ ਸਾਰੀ ਉਰੇ ਨੂੰ ਹੈ, ਜਾਂ ਤਾਂ ਉਰੇ ਤਾਂ ਲਾਉਣਾ ਚਾਹੁੰਦੇ ਹਾਂ, ਨੀਵੀਂ ਥਾਂ ਹੈ, ਮਰਜ਼ੀ ਲਿਆ ਮੈਂ ਇੱਥੇ ਇਹਨਾਂ ਨੂੰ ਫਾਇਦਾ ਗੇਰ ਕੇ, ਤਾਂ ਇਹ ਉਰੇ ਲਾਉਣਾ ਚਾਹੁੰਦੇ, ਹੋਰ ਜਗ੍ਹਾ ਦੱਸੀਆਂ ਬਥੇਰੀਆਂ ਕਈਆਂ ਇਹਨਾਂ ਨੂੰ ਵੀ ਉੱਥੇ ਲਾ ਲਓ। ਇਹਦਾ ਜਿਹੜੇ ਕਾਰਪੋਰੇਟ ਘਰਾਣੇ ਜੀ, ਇਹਨਾਂ ਨੇ ਪੈਸੇ ਦਿੱਤੇ ਪਏ ਆ ਜੀ, ਇਹਨਾਂ ਨੂੰ ਉੱਪਰ ਉਹ ਪੈਸੇ ਦੇਣੇ ਕਰਕੇ ਸਾਰੀਆਂ ਕੰਪਨੀਆਂ 'ਚ ਹੈ ਨਹੀਂ ਟਰੀਟਮੈਂਟ ਪਲਾਂਟ, ਉਹਦੇ ਕਰਕੇ ਇੱਥੇ ਲਾ ਰਹੇ, ਇਹਨਾਂ ਦਾ ਗੰਦ ਘੇਰ ਰਹੇ ਸਾਰਾ, ਲਿਆ ਕੇ ਦੇਸੂ ਮਚਰੇ ਤੱਕ ਦਾ। ਇਹਨਾਂ ਨੇ ਮਤਲਬ ਕਲੋਨੀਆਂ ਕਿਉਂ ਪਾਸ ਕੀਤੀਆਂ? ਕਲੋਨੀ ਨੂੰ ਤਾਂ ਪਾਸ ਹੋਣੀ ਚਾਹੀਦੀ, ਪਹਿਲਾਂ ਉਹਦੇ ਵਿੱਚ ਟਰੀਟਮੈਂਟ ਪਲਾਂਟ ਉਹਨਾਂ ਨੂੰ ਪਾਸ ਕਰਾਉਣਾ ਚਾਹੀਦਾ। ਇਹ ਤਾਂ ਸਾਡੇ ਪਿੰਡ ਦੀ ਜ਼ਮੀਨ ਹੈ, ਸਾਡੀ ਸਾਡੀ ਖਿਓੜ 'ਚ ਕੱਟੇ ਹੋਏ, ਇੱਕ ਵਾਰੀ ਵੰਡ ਵੀ ਹੋ ਲਈ ਇਹ ਜ਼ਮੀਨ, ਫਿਰ ਦੁਬਾਰਾ ਫਿਰ ਮਤਲਬ
ਕੋਈ ਡਿਸਮਿਸ ਹੋ ਗਈ ਕਾਲਜ ਵਿੱਚ ਚਲੇ ਗਏ, ਸਾਡੀ ਖਿਓੜ 'ਚ ਕੱਟੀ ਸਾਡੇ ਪਿੰਡ ਦੀ ਜ਼ਮੀਨ ਹੈ, ਅਗਰ ਇਹਨੂੰ ਇਹੀ ਚੀਜ਼ ਚੰਗੀ ਲੱਗਦੀ ਹੈ ਸਾਨੂੰ ਇਹਨਾਂ ਨੂੰ ਪਲੇਅ ਕਰਾਉਣ ਵਾਸਤੇ ਅਕੁਆਇਰ ਕਰਕੇ ਦੇ ਦੇਣੇ, ਆ ਪਿੰਡ ਤੋਂ ਅੱਗੇ ਅਕੁਆਇਰ ਕਰ ਲੈਣ, ਇਹਨਾਂ ਨੂੰ ਅਕੁਆਇਰ ਕਰਕੇ ਦੇ ਦੇਣ ਬੱਚਿਆਂ ਨੂੰ ਖੇਡਣ ਵਾਸਤੇ, ਨਹੀਂ ਤਾਂ ਮਤਲਬ ਫਿਰ ਆਪਣਾ ਜਿੱਦ ਬੰਦ ਕਰੇ ਪਲਾਂਟ। ਤੁਹਾਡਾ ਹੱਕ ਸੀ ਇਸ ਜ਼ਮੀਨ ਦੇ ਉੱਤੇ, ਸਾਡੀ ਜ਼ਮੀਨ ਹੈ, ਸਾਡੇ ਅਸੀਂ ਖੁਦ 1.25 ਕਿੱਲਾ ਪਾਇਆ ਹੋਇਆ ਸੀਗਾ, ਇਹਦੇ 'ਚੋਂ ਬਾਅਦ 'ਚ ਕੈਂਸਲ ਹੋਇਆ। ਜੇ ਸਾਡੀ ਜ਼ਮੀਨ ਖਿਓੜ 'ਚੋਂ ਕੱਟੀ ਹੋਈ ਸਾਡੀ ਜ਼ਮੀਨ ਆ, ਕਿਸੇ ਦੀ ਕੋਈ ਜ਼ਮੀਨ ਨਹੀਂ ਹੈ। ਰਿਕਾਰਡ ਅੱਜ ਵੀ ਬੋਲਦਾ ਬੋਲਦਾ ਰਿਕਾਰਡ ਬੋਲਦਾ, ਪੁੱਡਾ ਪ੍ਰੂਫ ਕਲੋਨੀ ਆ ਇਹ, ਪੁੱਡਾ ਪ੍ਰੂਫ ਕਲੋਨੀਆਂ 'ਚ ਸਾਰੀਆਂ 'ਚ ਟ੍ਰੀਟਮੈਂਟ ਪਲਾਂਟ ਲੱਗੇ ਆ, ਚੱਲਦੇ ਨਹੀਂ ਆ। ਸਾਡਾ ਇੱਕ ਕਲੋਨੀ JTPL, ਇਹਦਾ ਸਾਰਾ ਗੰਦਾ ਪਾਣੀ ਆ 15 ਕਿੱਲਿਆਂ 'ਚ ਖੜਾ, ਔਰ ਪਿਛਲੇ 6-7 ਸਾਲਾਂ ਦੇ ਖੜਾ ਹੈ। ਅਸੀਂ ਪਹਿਲਾਂ SDM ਸਾਹਿਬ ਕੋਲ ਗਏ ਸੀ, ਪਹਿਲਾਂ ਪਾਣੀ ਦੀ ਨਿਕਾਸੀ ਸਾਨੂੰ ਕੱਢ ਕੇ ਦਿਖਾ ਦਿਓ, ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਬਾਅਦ SDM ਸਾਹਿਬ ਹੁਣ ਗੇੜ ਤੇ ਗੇੜਾ ਮਾਰਦੇ, ਫਿਰ ਆਏ ਹੋਣੇ ਉਦੋਂ ਵੀ ਨਹੀਂ ਆਏ? ਨਹੀਂ ਆਏ, EO ਸਾਹਿਬ ਆਏ ਤੇ ਉਹ ਦੂਜਾ SDO ਆਇਆ ਤਾਂ ਜਿਹੜਾ ਸੀਵਰੇਜ ਵਾਲਾ, ਕਿਹਾ ਸੀ ਵੀ ਜਾਇਜ਼ ਹੈ ਤੁਹਾਡੀ ਮੰਗ, ਜਦੋਂ ਤੁਸੀਂ ਉੱਥੇ ਬਾਰੇ ਕਿਹਾ ਸੀ ਵੀ ਇੱਥੇ ਗਲਤ ਖੜ ਰਿਹਾ ਗੰਦਾ ਪਾਣੀ। SDM ਸਾਹਿਬ ਨੂੰ ਬੁਲਾਇਆ ਤਾਂ ਆਏ ਨਹੀਂ, ਜਾਇਜ਼ ਹੈ ਮੰਗ ਦੇਖ ਲਓ, 15 ਕਿੱਲਿਆਂ 'ਚ ਪਾਣੀ ਖੜਾ। ਆ ਜਿਹੜੀ ਕਾਲਜ ਦੀ ਕੰਧ ਹੈ, ਇੱਥੇ 3 ਸਾਲ ਹੋ ਗਏ ਪਾਣੀ ਖੜਾ ਗੰਦਾ, ਕਾਲਜ ਦੇ ਅੰਦਰ ਵੀ ਖੜਾ ਹੈ। ਆ ਤੁਸੀਂ ਦੇਖੋ ਪਿਛਲੇ ਸਾਲ ਬਰਸਾਤ 'ਚ ਕੀ ਹਾਲ ਹੈ ਇੱਥੇ ਦਾ, ਇਹ ਦੇਖ ਲਓ, ਕਾਫੀ ਹੜ੍ਹ ਦਾ ਮਾਹੌਲ ਬਣਿਆ ਸੀ। ਜੇ ਇਹ ਟ੍ਰੀਟਮੈਂਟ ਪਲਾਂਟ ਇੱਥੇ ਲੱਗ ਗਿਆ ਤਾਂ ਸਾਡਾ ਪਿੰਡ ਗੰਦੇ ਪਾਣੀ ਨਾਲ ਡੁੱਬੂਗਾ ਇਹ ਬਰਸਾਤ। ਸੈਂਡਬੈਗ ਭਰ ਕੇ ਲਾਏ ਤਾਂ ਅਸੀਂ ਪਾਣੀ ਰੋਕਿਆ, ਆ ਹੁਣ ਉਹਦੇ 'ਚ ਹੀ ਜਾ ਕੇ ਗਿਰਨਾ। ਹੁਣ ਇਹਦੇ 'ਚ ਅਸੀਂ ਆਪਣਾ ਲਵਾਇਆ ਹੋਇਆ ਬੋਰ, ਉਹਦੇ ਵੀ ਨਹੀਂ ਸਾਨੂੰ ਪੀਣ ਦਿੰਦੇ। 7 ਪੰਚਾਇਤਾਂ ਬਣ ਲਈਆਂ, 2 MC ਬਣ ਲਏ, ਕੋਈ ਬੋਰ ਨਹੀਂ ਲੱਗਿਆ, ਜ਼ਿਆਦਾ ਦੇਸ਼ ਆਜ਼ਾਦ ਹੋਇਆ। ਇਹ ਵੀ ਤੁਹਾਨੂੰ ਆਪ ਲਵਾਉਣਾ ਪਿਆ? ਆਪ ਲਵਾਇਆ ਮੈਂ ਖੁਦ, ਸਾਰੇ ਪਿੰਡ ਤੋਂ ਪੁੱਛ ਲਓ, 50-50 3,10,000 ਰੁਪਇਆ ਜਮ੍ਹਾਂ ਕਰਾ ਕੇ, 31,35,000 ਰੁਪਇਆ ਵਰਲਡ ਬੈਂਕ ਤੋਂ ਲੈ ਕੇ ਲਾਇਆ, 0 ਬੈਲੈਂਸ ਦੇ ਉੱਤੇ ਲਾਇਆ, ਤਾਂ ਅਸੀਂ ਆਪਣੀ ਕਮੇਟੀ ਨਾਲ ਚਲਾ ਰਹੇ, ਉਹਨੂੰ ਵੀ ਬੰਦ ਕਰ ਰਹੇ ਹਾਂ। ਮਾਤਾ ਜੀ ਕਿਵੇਂ ਦੇਖਦੇ ਹੋ ਹੁਣ ਜਿਹੜਾ ਇੱਥੇ ਇਕੱਠ ਹੋਇਆ, ਤੁਸੀਂ ਵੀ ਇੱਥੇ ਆਏ ਹੋ, ਤੁਹਾਨੂੰ ਵੀ ਲੱਗਦਾ ਵੀ ਇਹ ਇੱਕ ਮੁਸ਼ਕਲ ਦੀ ਘੜੀ ਬਣਾ ਸਕਦਾ ਤੁਹਾਡੇ ਪਿੰਡ ਦੇ ਲਈ? ਬਹੁਤ ਜ਼ਿਆਦਾ, ਪਹਿਲਾਂ ਹੀ ਇੱਥੇ 20-20 ਮਰੀਜ਼ ਫਿਰਦੇ ਆ ਜੀ, 15-20 ਮੁੰਡੇ ਮਾਰ ਲਏ ਸਾਡੇ ਪਿੰਡ ਦੇ। ਕੀ ਅਹਿਮੀਅਤ ਹੈ ਇਸ ਗਰਾਊਂਡ ਦੀ ਤੁਹਾਡੇ ਪਿੰਡ ਲਈ? ਇਹ ਗਰਾਊਂਡ 'ਚ ਬੱਚੇ ਖੇਡਦੇ ਆ ਜੀ, ਵਿਆਹ ਸ਼ਾਦੀਆਂ ਹੁੰਦੀਆਂ ਜੀ, ਠੀਕ ਹੈ, ਸਾਰੇ ਪ੍ਰੋਗਰਾਮ ਹੁੰਦੇ ਆੜ ਦੜ ਦੇ, ਲੋਕ ਆਉਂਦੇ ਬਾਹਰੋਂ ਦੇਖਣ ਵਾਸਤੇ, ਗਰੀਬ ਬੰਦਾ ਹਰੇਕ ਕਰ ਸਕਦਾ, ਠੀਕ ਹੈ, ਪਰ ਲੱਗਣਾ ਨਹੀਂ ਚਾਹੀਦਾ ਜੀ ਉਰੇ। ਹਾਂਜੀ ਬਿਲਕੁਲ। ਹਾਂ ਬਾਈ ਕਿਵੇਂ ਦੇਖਦੇ ਹੋ? ਤੁਸੀਂ ਕਹਿ ਰਹੇ ਸੀ ਕੁਛ ਵੀ ਕਿਉਂ ਨਹੀਂ ਹੁਣ ਇਹ, ਜੇ ਨਹੀਂ ਲਾ ਹੁੰਦਾ ਇਹਦਾ ਤਾਂ ਕੀ ਅੱਗੇ ਚਾਰਾਜੋਈ ਕਰੋਗੇ? ਜੋ ਵੀ ਸਾਡੇ ਪਿੰਡ ਦਾ ਫੈਸਲਾ ਹੋਊਗਾ ਬਾਈ ਕਰੂੰਗੇ ਅਸੀਂ, ਰੋਡ ਜਾਮ ਕਰੂੰਗੇ ਆਹ ਮੇਨ ਰੋਡ, ਠੀਕ ਹੈ ਨਾ ਜੀ, ਪੱਕੇ ਨਿਹੰਗ ਸਿੰਘ ਜਥੇਬੰਦੀਆਂ ਫਿਰ ਉਰੇ ਪੱਕਾ ਮੋਰਚੇ ਲਾਉਂਗੀਆਂ ਜੀ। ਹਾਂ ਜੀ, ਜਿਸ ਤਰ੍ਹਾਂ ਵੀ ਕੁਛ ਵੀ ਹੋ ਸਕਦਾ ਜੀ ਉਰੇ, ਫਿਰ ਦੇਖੋ ਜੀ ਇਸ ਤਰ੍ਹਾਂ ਜੀ ਪਰਸੋਂ ਉਰੇ ਇਹੋ ਜਿਹਾ ਮਾਹੌਲ ਬਣਾ ਤਿਆ ਜੀ, ਇੰਨਾ ਪ੍ਰਸ਼ਾਸਨ ਨੇ ਧੱਕਾ ਕਰਿਆ ਹੈ ਨਾ ਜੀ, ਸਾਰਾ ਪਿੰਡ ਡਰਾ ਦਿਆ ਜੀ, 4 ਬੰਦੇ ਸਾਡੇ ਪਿੰਡ ਦੇ ਹੋਣੇ ਜੀ, ਜਿਹੜਾ 150 ਪੁਲਿਸ ਵਾਲਾ ਵਿੱਚ ਜੀ ਹੈ ਨਾ, ਵਿੱਚ ਆਪਣਾ ਕਮਾਂਡੋ ਦੇ ਨਾ ਕਿਹੜੇ ਫੋਰਸਾਂ ਆਏ ਵੀ ਜੀ ਆਪਣੀਆਂ ਗੱਲ। ਹੁਣ ਦੇਖੋ ਜੀ ਉਰੇ ਆਹ ਗਰਾਊਂਡ ਹੈ ਜੀ, ਇਹ 'ਚ ਸਾਡੇ ਪਿੰਡ ਦੇ ਗਰੀਬ ਬੰਦੇ ਜਿਹੜੇ ਪੈਲਸ ਨਹੀਂ ਕਰ ਸਕਦੇ, ਉਹ ਬੰਦੇ ਉਰੇ ਪ੍ਰੋਗਰਾਮ ਕਰ ਲੈਂਦੇ ਆ ਜੀ, ਜਦੋਂ ਟ੍ਰੀਟਮੈਂਟ ਪਲਾਂਟ ਲੱਗ ਗਏ ਉਹਦੀ ਸਮੈਲੇ ਇੰਨੀ ਆਣੀ, ਉਰੇ ਕੁਛ ਪ੍ਰੋਗਰਾਮ ਕੁਛ ਵੀ ਨਹੀਂ ਹੋਣਾ ਜੀ ਉਰੇ। ਸਰਕਾਰਾਂ 'ਚ ਇਹ ਕੰਮ ਅਕਸਰ ਤਾਂ ਕਰਦੀਆਂ ਕਿਉਂਕਿ ਸਰਕਾਰਾਂ ਨੇ ਵੋਟਾਂ ਲੈਣੀ ਹੁੰਦੀਆਂ, ਇੱਥੇ ਵੋਟ ਦੀ ਤਾਕਤ ਆ। ਤੁਹਾਨੂੰ ਨਹੀਂ ਲੱਗਦਾ ਵੀ ਇਹ ਕੰਮ ਸਰਕਾਰ ਨਾਲ ਇਸ ਮੱਦੇ ਨਜ਼ਰ ਕੀਤਾ ਹੋਊਗਾ ਵੀ ਅਸੀਂ ਵਧੀਆ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟ ਪਾਣਗੇ? ਤੁਹਾਨੂੰ ਤਾਂ ਫਿਰ ਵੋਟ ਦੇਣੀ ਚਾਹੀਦੀ ਸੀ ਇਸ ਗੱਲ ਦੇ ਨਾਤੇ, ਕਿਉਂਕਿ ਸਰਕਾਰ ਸੋਚਦੀ ਹੋਊਗੀ ਅਸੀਂ ਇਹ ਵਧੀਆ ਕੰਮ ਕੀਤਾ। ਬਾਈ ਜੀ ਸਰਕਾਰਾਂ ਦਾ ਇਸ ਸਮੇਂ ਵਿਰੋਧ ਹੋਣਾ ਪੂਰਾ ਜੀ, ਠੀਕ ਹੈ, ਉਹਦਾ ਮੁੜ ਕੇ ਸਾਡੇ ਪਿੰਡ 'ਚ ਆਈ ਨਹੀਂ ਹੈ, ਉਹਨੇ ਇੱਦਾਂ ਦੇਖ ਲਿਆ ਵੀ ਇੱਕ ਕਿੱਲਾ ਬਣ ਕੇ ਵੀ ਮੁੜ ਕੇ ਲੋੜ ਨਹੀਂ ਹੁੰਦੀ ਇੱਦਾਂ ਜੀ, ਠੀਕ ਹੈ ਨਾ ਜੀ, ਸਰਕਾਰਾਂ ਨੂੰ ਕੋਈ ਨਹੀਂ, ਇਹ ਤਾਂ ਆਪਣੇ ਜਿੱਬਾਂ ਦੇਖਦੀਆਂ ਜੀ। ਇਸ ਤਰ੍ਹਾਂ ਹੁਣ ਸਾਡੇ ਬੰਦੇ ਦੱਸੇ ਗਏ ਸਾਨੂੰ ਜੀ ਪਹਿਲਾਂ ਪਿੰਡ ਦੇ ਜੀ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜੀ ਆਹ, ਇਹਨਾਂ ਨੇ ਪੈਸਾ ਧੱਕੇ ਜੀ ਇਹਨਾਂ ਨੂੰ। ਹਾਂਜੀ ਤਾਂ ਬਿਲਕੁਲ ਪਿੰਡ ਵੱਲੋਂ ਵਿਰੋਧ ਕੀਤਾ ਜਾ ਰਿਹਾ, ਹਾਲਾਂਕਿ ਕੰਸਟਰਕਸ਼ਨ ਹੋ ਰਹੀ ਹੈ, ਤੁਸੀਂ ਉਹ ਮਸ਼ੀਨਾਂ ਚੱਲਦੀਆਂ ਦੇਖ ਸਕਦੇ ਹੋ ਕਿ ਮਸ਼ੀਨਾਂ ਲੱਗੀਆਂ ਹੋਈਆਂ, ਵੱਡੇ ਪਾਈਪ ਰੱਖੇ ਹੋਏ ਆ, ਨਾਲ ਨਾਲ ਥਾਣਾ ਹੈ ਅਤੇ ਉਸਦੇ ਨਾਲ ਹੀ ਇੱਕ ਕਾਲਜ ਬਣਿਆ ਹੋਇਆ ਦੱਸਿਆ ਜਾ ਰਿਹਾ। ਸਾਰਾ ਕੁਝ ਇਸ ਪਿੰਡ ਦੇ ਜੋ ਖੇਵੜ ਦੇ ਵਿੱਚੋਂ ਕੱਟੀ ਹੋਈ ਜ਼ਮੀਨ ਸੀ ਉਸ ਦੇ ਵਿੱਚੋਂ ਹੋ ਰਿਹਾ, ਪਰ ਸਰਕਾਰ ਇਸ ਥਾਂ ਦੇ ਉੱਤੇ
ਟਰੀਟਮੈਂਟ ਪਲਾਂਟ ਲਾ ਰਹੀ ਹੈ, ਪਿੰਡ ਵਿਰੋਧ ਕਰ ਰਿਹਾ, ਪਰ ਇਸ ਪਿੰਡ ਦੇ ਵੱਲੋਂ ਜੋ ਸਵਾਲ ਚੁੱਕੇ ਗਏ ਹੁਣ ਉਹਨਾਂ ਦੇ ਉੱਤੇ ਕੀ ਸਰਕਾਰ ਗੌਰ ਕਰੇਗੀ। ਲੋਕ ਕਹਿ ਰਹੇ ਕਿ ਸਾਡੇ ਪਿੰਡ ਦਾ ਗਰਾਊਂਡ ਖਤਮ ਹੋ ਰਿਹਾ, ਜਿਸ ਦੇ ਵਿੱਚ ਬਹੁਤ ਕਾਰਜ ਹੁੰਦੇ ਆ, ਨੌਜਵਾਨ ਇਸ ਦੇ ਵਿੱਚ ਖੇਡਦੇ, ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਕੋਈ ਗਰਾਊਂਡ ਹੈ ਨਹੀਂ। ਜੇਕਰ ਟ੍ਰੀਟਮੈਂਟ ਪਲਾਂਟ ਲੱਗਦਾ ਤਾਂ ਪਾਣੀ ਸਾਡੇ ਲਈ ਬਹੁਤ ਨੁਕਸਾਨਦਾਇਕ ਹੋਊਗਾ, ਸਾਡੇ ਲਈ ਬਿਮਾਰੀਆਂ ਪੈਦਾ ਹੋਣਗੀਆਂ। ਕੀ ਇਸ ਟ੍ਰੀਟਮੈਂਟ ਪਲਾਂਟ ਦੇ ਲੱਗਣ ਤੋਂ ਪਹਿਲਾਂ ਸਰਕਾਰ ਇਹਨਾਂ ਗੱਲਾਂ ਦੇ ਉੱਤੇ ਗੌਰ ਕਰੇਗੀ, ਜਾਂ ਇਹਨਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੂੰ ਫਿਰ ਇਸ ਸੰਘਰਸ਼ ਨੂੰ ਤਿੱਖਾ ਕਰਨਾ ਪਵੇਗਾ। ਸੋ ਇਹ ਲੋਕ ਫਿਲਹਾਲ ਇਸ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਕੰਮ ਦਾ ਵਿਰੋਧ ਕਰਦੇ ਨਜ਼ਰ ਆ ਰਹੇ। ਟ੍ਰੀਟਮੈਂਟ ਪਲਾਂਟ ਨਹੀਂ ਲੱਗਣ ਦਿਆਂਗੇ, ਧੱਕਾਸ਼ਾਹੀ ਬੰਦ ਕਰੋ।